ਤੁਸੀਂ ਵੇਖ ਰਹੇ ਹੋ ਜਸਟ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਭਗਦੇ ਮਸਲਿਆਂ ਦੀ ਅਸੀਂ ਗੱਲ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਡਾਇਲੋਗ ਬਣੇ ਹੋਏ ਹਨ। ਜਦੋਂ ਡਾਇਲੋਗ ਦੀ ਗੱਲ ਹੁੰਦੀ ਹੈ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਤੁਹਾਡੇ ਸਾਹਮਣੇ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਸਕੀਏ। ਕਈ ਅਹਿਮ ਵਿਸ਼ਿਆਂ ਦੇ ਉੱਤੇ ਅਸੀਂ ਇਸ ਮੰਚ ਦੇ ਉੱਤੇ ਗੱਲ ਕੀਤੀ, ਤੁਸੀਂ ਆਪਣੇ ਪ੍ਰਤੀਕਰਮ, ਤੁਸੀਂ ਆਪਣੇ ਤਰਕ ਵੀ ਸਾਡੇ ਨਾਲ ਸਾਂਝੇ ਕੀਤੇ। ਕਈ ਅਹਿਮ ਵਿਸ਼ੇ ਅਸੀਂ ਪੰਜਾਬ ਤੋਂ ਸੰਬੰਧਿਤ ਲੈ ਕੇ ਆਏ, ਕਈ ਅਹਿਮ ਵਿਸ਼ੇ ਅਸੀਂ ਲੋਕਲ ਪੱਧਰ 'ਤੇ ਜੋ ਇਸ਼ੂ ਉੱਠ ਰਹੇ ਹਨ ਉਹਨਾਂ ਨੂੰ ਵੀ ਅਸੀਂ ਲੈ ਕੇ ਆਏ। ਲੇਕਿਨ ਹਾਲ ਫਿਲਹਾਲ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਹੁਣ ਇੰਟਰਨੈਸ਼ਨਲੀ ਬਣਿਆ ਹੋਇਆ ਹੈ ਭਾਰਤ ਨੂੰ ਲੈ ਕੇ, ਅੱਜ ਉਸ ਦੇ ਉੱਤੇ ਅਸੀਂ ਚਾਨਣਾ ਪਾਉਣਾ ਚਾਹੁੰਦੇ ਹਾਂ। ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ, ਇਹਦੇ ਉੱਤੇ ਮੋਹਰ ਲੱਗ ਚੁੱਕੀ ਹੈ ਔਰ ਉਹ ਹਨ ਪ੍ਰਧਾਨ ਮੰਤਰੀ ਮੋਦੀ ਹੈ। ਇਸ ਗੱਲ ਨੂੰ ਅਸੀਂ ਜਾਣਦੇ ਹਾਂ। ਪਿਛਲੇ 5 ਸਾਲ ਉਹਨਾਂ ਨੇ ਕੰਮ ਕੀਤੇ ਦੇਸ਼ ਦੇ ਲਈ, ਲੇਕਿਨ ਦੇਸ਼ ਦੀ GDP ਦਾ ਕੀ ਬਣਿਆ, ਦੇਸ਼ ਦੀ ਇਕਨੋਮਿਕ ਗਰੋਥ ਦਾ ਕੀ ਬਣਿਆ, ਅੱਜ ਇਕਨੋਮੀ ਇੰਡੀਆ ਦੀ ਕੀ ਕਹਿੰਦੀ ਹੈ, ਇਸ ਦੇ ਉੱਤੇ ਚਾਨਣਾ ਪਾਉਣਾ ਸਾਡੇ ਲਈ ਲਾਜ਼ਮੀ ਹੈ। ਕਿ NRI ਭਰਾ ਵਿਸ਼ਵਾਸ ਕਰ ਸਕਦੇ ਹਨ ਇੰਡੀਆ ਦੇ ਵਿੱਚ ਇਨਵੈਸਟ ਕਰਨ ਦੇ ਲਈ? ਜੇਕਰ ਤੁਸੀਂ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਕਿੰਨਾ ਉਹਦਾ ਫਾਇਦਾ ਪਹੁੰਚ ਸਕਦਾ ਹੈ, ਜਾਂ ਫਿਰ ਤੁਹਾਨੂੰ ਕੀ ਖਾਮਿਆਜ਼ਾ ਭੁਗਤਣਾ ਪੈ ਸਕਦਾ, ਜਾਂ ਫਿਰ ਤੁਹਾਨੂੰ ਮੁਨਾਫਾ ਹੋ ਸਕਦਾ, ਜਾਂ ਫਿਰ ਤੁਹਾਨੂੰ ਨੁਕਸਾਨ ਹੋ ਸਕਦਾ? ਕੀ ਕਹਿੰਦੀ ਹੈ ਭਾਰਤ ਦੀ ਇਕੋਨਮੀ? ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਖਬਰ ਤੁਹਾਨੂੰ ਦੇ ਦੇਵਾਂ। 50,000 ਕਰੋੜ ਦਾ ਬਜਟ ਪਾਸ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਕਿ ਉਹ ਸੈਟੇਲਾਈਟ ਸਪੇਸ ਦੇ ਵਿੱਚ ਆਪਣੇ ਸੈਟੇਲਾਈਟ ਦੇ ਦੌਰਾਨ ਜਦ ਇਹਨਾਂ ਨੇ ਇੱਕ ਇਨਵੈਸਟੀਗੇਸ਼ਨ ਕੀਤੀ ਸੀਗੀ ਔਰ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਦੇ ਵਿੱਚ ਖੜ੍ਹੇ ਹੋ ਕੇ ਐਲਾਨ ਕੀਤਾ ਸੀਗਾ ਕਿ ਹੁਣ ਭਾਰਤ ਵੀ ਮੂਨ ਦੇ ਉੱਤੇ ਪਹੁੰਚੇਗਾ ਔਰ ਭਾਰਤ ਦੇ ਜਿਹੜੇ ਐਸਟਰੋਨੋਟ ਨੇ ਉਹ ਵੀ ਭਾਰਤ ਦੇ ਤਿਰੰਗੇ ਨੂੰ ਜਾ ਕੇ ਉੱਥੇ ਬੁਲੰਦ ਕਰਨਗੇ। ਉਹਦਾ ਬਜਟ ਰੱਖਿਆ ਗਿਆ 50,000 ਕਰੋੜ। ਲੇਕਿਨ ਅੱਜ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ, ਠੀਕ ਹੈ ਕਿ ਇੱਕ ਪਾਸੇ ਤੁਸੀਂ ਵਿਸ਼ਵ ਦੇ ਵਿੱਚ ਇੰਡੀਆ ਨੂੰ ਇੱਕ ਵੱਖਰੀ ਪਹਿਚਾਣ ਦਿਵਾਉਣਾ ਚਾਹੁੰਦੇ ਹੋ, ਲੇਕਿਨ ਬੇਸਿਕ ਇਨਫਰਾਸਟ੍ਰਕਚਰ ਦਾ ਕੀ? ਅੱਜ ਭਾਰਤ ਦੇ ਵਿੱਚ ਇੱਕ ਮੂਰਤੀ ਬਣਾਈ ਜਾਂਦੀ ਹੈ ਜਿਹਦਾ ਲਗਭਗ ਪ੍ਰਾਈਸ ਜਿਹੜਾ ਹੈ ਉਹ 3,000 ਕਰੋੜ ਹੈ। ਕਿਸਾਨਾਂ ਦੇ ਕੋਲ ਟੈਕਨੋਲੋਜੀ ਨਹੀਂ ਹੈ, ਸਿੱਖਿਆ ਦਾ ਮਿਆਰ ਦਾ ਹਜੇ ਤੱਕ ਕੁਛ ਨਹੀਂ ਪਤਾ। ਅਗਰ ਮੈਂ ਪੰਜਾਬ ਚਲੇ ਜਾਵਾਂ ਤਾਂ ਮੈਨੂੰ ਯਾਦ ਹੈ ਕਿ ਕੈਪਟਨ ਸਰਕਾਰ ਨੇ ਵੀ, ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਵੀ NRI ਭਰਾਵਾਂ ਤੋਂ ਡੈਸਕ ਮੰਗੇ ਸੀਗੇ ਕਿ ਸਾਡੇ ਸਕੂਲ ਦੇ ਵਿੱਚ ਬੈਂਚ ਨਹੀਂ ਹੈਗੇ ਬੱਚਿਆਂ ਨੂੰ ਪੜ੍ਹਾਉਣ ਲਈ, ਸਾਨੂੰ ਫੰਡਸ ਦੀ ਲੋੜ ਹੈਗੀ ਹੈ। ਲੇਕਿਨ ਜਦ ਮੈਂ ਇਹਨੂੰ ਹੁਣ ਪੂਰੇ ਦੇਸ਼ ਦੇ ਹਿਸਾਬ ਨਾਲ ਵੇਖਦਾ ਤਾਂ ਗਗਨਯਾਨ ਪ੍ਰੋਜੈਕਟ ਹੁਣ ਇੱਕ ਮੋਦੀ ਦਾ ਸੁਪਨਾ ਹੈ ਕਿ ਮੈਂ ਆਪਣੇ ਸਪੇਸ ਦੇ ਵਿੱਚ ਭੇਜਣਾ ਚਾਹੁੰਦਾ ਆਪਣੇ ਭਾਰਤੀਆਂ ਨੂੰ ਔਰ ਚਾਹੁੰਦਾ ਕਿ ਉੱਥੇ ਜਾ ਕੇ ਉਹ ਇਨਵੈਸਟੀਗੇਸ਼ਨ ਕਰਨ। ਤੁਹਾਨੂੰ ਠੀਕ ਯਾਦ ਹੋਏਗਾ ਇੱਕ ਹਫ਼ਤਾ ਇੱਕ ਖਬਰ ਜੋ ਕਿ ਵਰਲਡ ਦੇ ਵਿੱਚ ਵਾਇਰਲ ਹੋਈ, ਇੱਥੇ ਤੱਕ ਕਿ ਵੱਡੇ ਵੱਡੇ ਅਦਾਰਿਆਂ ਨੇ, ਅਮਰੀਕਨ ਅਦਾਰਿਆਂ ਨੇ ਵੀ, ਨਿਊਜ਼ ਚੈਨਲਾਂ ਨੇ ਵੀ ਉਸ ਖਬਰ ਦੇ ਉੱਤੇ ਚਾਨਣਾ ਪਾਇਆ। ਮੈਂ ਫਤਿਹਵੀਰ ਦੀ ਗੱਲ ਕਰ ਰਿਹਾ, 6 ਦਿਨ ਉਹ ਬੋਰੋਵੈਲ ਦੇ ਵਿੱਚ ਫਸਿਆ ਰਿਹਾ। ਉਹ ਟੈਕਨੋਲੋਜੀ ਦੇ ਉੱਤੇ ਕਿਸੇ ਦਾ ਧਿਆਨ ਨਹੀਂ ਹੈ, ਅਸੀਂ ਆਪਣੇ ਬੰਦੇ ਸਪੇਸ 'ਤੇ ਭੇਜਣੇ ਆ। ਇੰਡੀਆ ਦਾ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹ ਅੱਜ ਕਿੱਥੇ ਖੜ੍ਹਾ? ਦੇਸ਼ ਦੀ GDP ਅੱਜ ਕਿੱਥੇ ਹੈਗੀ ਹੈ, ਕਿਸ ਪਾਸੇ ਸੀਗੀ ਔਰ ਕਿਸ ਪਾਸੇ ਤੁਰ ਰਹੀ ਹੈ ਔਰ ਕਿਸ ਪਾਸੇ ਤੁਰੇਗੀ, ਇੱਕ ਵੱਡਾ ਸਵਾਲ ਬਣਦਾ ਆਪਣੇ ਆਪ 'ਚ। ਅੱਜ ਤੁਹਾਨੂੰ ਉਹ ਸਾਰੇ ਫਿਗਰਸ ਅਸੀਂ ਦੇਵਾਂਗੇ, ਤੁਹਾਨੂੰ ਦੱਸਾਂਗੇ ਕਿ 3,000 ਕਰੋੜ ਦੀ ਜਿਹੜੀ ਹੈ ਮੂਰਤੀ ਹੈ ਇੰਪੋਰਟੈਂਟ ਹੈ, ਜਾਂ ਫਿਰ 50,000 ਕਰੋੜ ਦੇ ਜਿਹੜੇ ਅੱਜ ਸਪੇਸ ਦੇ ਉੱਤੇ ਭੇਜਣ ਲਈ ਪੈਸੇ ਲਾਏ ਜਾ ਰਹੇ ਹਨ ਉਹ ਇੰਪੋਰਟੈਂਟ ਹਨ, ਜਾਂ ਫਿਰ ਭਾਰਤ ਦੇ ਵਿੱਚ ਜਿਹੜੀ ਬੇਸਿਕ ਨੀਡ ਹੈਗੀ ਹੈ
ਉਹ ਇੰਪੋਰਟੈਂਟ ਹੈ। ਸਿੱਖਿਆ ਦੇ ਮਿਆਰ ਕਿੱਥੇ ਹੈ, ਰੋਜ਼ਗਾਰ ਦੀ ਗੱਲ ਤੁਸੀਂ ਕੀਤੀ ਸੀ ਉਹ ਕਿੱਥੇ ਹੈ, ਉਸ ਤੋਂ ਬਾਅਦ ਤੁਸੀਂ ਹੈਲਥ ਸੈਕਟਰ ਦੇ ਵਿੱਚ ਆ ਜਾਓ ਉਹ ਕਿੱਥੇ ਸਟੈਂਡ ਕਰਦਾ, ਤੁਸੀਂ ਉਸ ਤੋਂ ਬਾਅਦ ਦੇਸ਼ ਦੀ ਜਿਹੜੀ ਐਂਟਰਪ੍ਰੀਨਿਓਰਸ ਨੇ ਉਹ ਕਿੱਥੇ ਸਟੈਂਡ ਕਰਦੇ ਹਨ ਕਿ ਉਹਨਾਂ ਨੂੰ ਵਧੀਆ ਬਿਜ਼ਨਸ ਮਿਲ ਰਿਹਾ। ਅੱਜ ਤੁਸੀਂ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ ਕਰਦੇ ਹੋ ਕਿ NRI ਪੈਸਾ ਲਗਾਉਣਾ ਚਾਹੁੰਦੇ ਹਨ, ਜਿਹੜੇ NRI ਨੇ ਪੈਸਾ ਲਗਾਇਆ ਉਹਦੀ ਜੋਬ ਸਿਕਿਉਰਿਟੀ ਕਿੱਥੇ ਹੈ, ਉਹ ਸਿਕਿਉਰਿਟੀ ਕਿੱਥੇ ਹੈ, ਉਹ ਇਕਨੋਮਿਕ ਗਰੋਥ ਜੋ ਦੇਸ਼ ਦੇ ਵਿੱਚ 2014 ਤੋਂ ਪਹਿਲਾਂ ਸੀਗੀ ਮਨਮੋਹਨ ਸਿੰਘ ਸਰਕਾਰ ਦੇ ਵਿੱਚ, ਅੱਜ ਕਿੱਥੇ ਹੈ, ਦੇਸ਼ ਨੂੰ BJP ਸਰਕਾਰ ਨੇ ਨਰਿੰਦਰ ਮੋਦੀ ਨੇ ਕੀ ਦਿੱਤਾ, ਦੇਸ਼ ਕਿਸ ਤਰੀਕੇ ਨਾਲ ਅੱਗੇ ਵੱਧ ਰਿਹਾ। ਲੇਕਿਨ ਇਹ ਸਵਾਲ ਕਿਉਂ ਨਹੀਂ ਪੁੱਛੇ ਜਾ ਰਹੇ, ਅੱਜ ਕਿਉਂ ਨਹੀਂ ਭਾਰਤੀ ਮੀਡੀਆ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਸਵਾਲ ਜਿਹੜੀ ਹੈ ਕੇਂਦਰ ਸਰਕਾਰ ਤੋਂ ਕਿਉਂ ਨਹੀਂ ਪੁੱਛਦੀ, ਮੋਦੀ ਜੀ ਕੀ ਖਾਂਦੇ ਹਨ, ਮੋਦੀ ਜੀ ਕੀ ਪਹਿਨਦੇ ਹਨ, ਮੋਦੀ ਜੀ ਦਾ ਫੇਵਰੇਟ ਜਿਹੜਾ ਫਲ ਹੈ ਉਹ ਕਿਹੜਾ ਹੈ, ਮੋਦੀ ਜੀ ਸਵੇਰੇ ਉੱਠ ਕੇ ਕੀ ਕਰਦੇ ਹਨ, ਮੋਦੀ ਜੀ ਸ਼ਾਮ ਨੂੰ ਕੀ ਕਰਦੇ ਹਨ। ਇਹ ਸਵਾਲ ਤਾਂ ਲਗਾਤਾਰ ਅਸੀਂ ਮੀਡੀਆ ਦੇ ਉੱਤੇ ਵੇਖੇ ਕਿ ਲੋਕਾਂ ਨੇ ਪੁੱਛੇ ਔਰ ਉਹਨਾਂ ਪੱਤਰਕਾਰਾਂ ਨੇ ਵੀ ਪੁੱਛੇ, ਲੇਕਿਨ ਮੋਦੀ ਜੀ ਆਹ ਵੀ ਦੱਸੋ ਕਿ ਭਾਰਤ ਦੀ ਇਕਨੋਮੀ ਕਿੱਥੇ ਜਾ ਰਹੀ ਹੈ, ਭਾਰਤ ਦੀ GDP ਜਿਹੜੀ ਹੈ ਉਹ ਕੀ ਕਹਿ ਰਹੀ ਹੈ, ਭਾਰਤ ਦੇ ਵਿੱਚ ਜਿਹੜੀ ਬੇਸਿਕ ਨੈਸੈਸਿਟੀ ਹੈ ਉਹ ਕੀ ਕਹਿ ਰਹੀ ਹੈ, ਤਰਾਸਦੀ ਹੈ ਭਾਰਤ ਦੇ ਵਿੱਚ ਕਿ ਅੱਜ UP ਦੇ ਅੰਦਰ ਮਾਇਆਵਤੀ ਸਰਕਾਰ ਦੇ ਦੌਰਾਨ 5,000 ਕਰੋੜ ਦੀ ਮੂਰਤੀ ਲਾਈ ਜਾਂਦੀ ਹੈ, ਲੇਕਿਨ UP ਦੇ ਵਿੱਚ ਹੀ ਬੱਚਿਆਂ ਦੇ ਵਿੱਚ ਅਗਰ ਮੈਂ ਸਿੱਖਿਆ ਦਾ ਮਿਆਰ ਨੂੰ ਵੇਖਾਂ ਤਾਂ ਉਹ ਕਿੱਥੇ ਨਜ਼ਰ ਨਹੀਂ ਆਉਂਦਾ, ਕਿਉਂ, ਕੌਣ ਜਵਾਬ ਦੇਗਾ। ਅਬ ਕੀ ਵਾਰ ਮੋਦੀ ਸਰਕਾਰ, ਆਹ ਤਾਂ ਆਪਾਂ ਬਿਲਕੁਲ ਸੁਣੀ, ਅਸੀਂ ਅੱਜ ਮੋਦੀ ਸਰਕਾਰ ਨੂੰ ਕੋਸਾਂਗੇ ਨਹੀਂ, ਨਾ ਅਸੀਂ ਮੋਦੀ ਸਰਕਾਰ ਨੂੰ ਕਹਿ ਰਹੇ ਕਿ ਇਹਨਾਂ ਨੇ ਕੰਮ ਨਹੀਂ ਕੀਤਾ, ਜੇ ਕੀਤਾ ਤਾਂ ਦੱਸੋ ਕੀ ਕੰਮ ਕੀਤਾ, ਜੇ ਕੰਮ ਕਰੋਗੇ ਤਾਂ ਕੀ ਕਰੋਗੇ, ਦੇਸ਼ ਦੀ ਮਾਲੀ ਹਾਲਤ ਕੀ ਆ, ਪੰਜਾਬ ਦੇ ਲਈ ਤੁਸੀਂ ਕੀ ਲੈ ਕੇ ਆ ਰਹੇ ਹੋ, 6 ਸਾਲ ਦਾ ਮਾਸੂਮ 6 ਦਿਨ ਬਰੋਵੈਲ ਦੇ ਵਿੱਚ ਫਸਿਆ ਰਿਹਾ, ਇਹ ਜ਼ਿੰਮੇਵਾਰੀ ਬਣਦੀ ਸੀ, ਮੈਂ ਮੰਨਦਾ ਇਸ ਗੱਲ ਦੀ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ, ਲੇਕਿਨ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਵੀ ਬਣਦੀ ਸੀ। ਤਰਾਸਦੀ ਹੈ ਕਿ ਤੁਹਾਡੇ ਸਕੂਲ ਦੇ ਵਿੱਚ ਬੈਂਚ ਨਹੀਂ ਹੈਗੇ, ਅੱਜ ਤੁਸੀਂ ਇੱਕ ਭਵਿੱਖ ਦਿਖਾਇਆ ਸੀਗਾ NRI ਭਰਾਵਾਂ ਨੂੰ, ਡਿਜੀਟਲ ਇੰਡੀਆ ਕਿੱਥੇ ਸਟੈਂਡ ਕਰਦਾ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਕਿੱਥੇ ਸਟੈਂਡ ਕਰਦਾ, ਮੇਕ ਇਨ ਇੰਡੀਆ ਉਹ ਵੀ ਪੁੱਛਾਂਗੇ, ਕੀ ਤੁਸੀਂ ਕੀਤਾ ਉਸ ਦੇ ਵਿੱਚ ਇਹ ਵੀ ਪੁੱਛਾਂਗੇ, ਸਾਰੀ ਮੈਥਮੈਟਿਕਸ ਅੱਜ ਜੋੜਾਂਗੇ, ਅਰਥ ਸ਼ਾਸਤਰ ਕੀ ਕਹਿੰਦਾ, ਅਰਥ ਸ਼ਾਸਤਰੀ ਕੀ ਕਹਿੰਦੇ ਹਨ, ਅਗਲੇ 5 ਸਾਲ ਕਿਵੇਂ ਹੋਣਗੇ ਭਾਰਤ ਦੇ, ਕਿ ਬਣੇਗਾ ਭਾਰਤ ਉਹ ਸੁਪਨਿਆਂ ਦਾ ਘਰ ਜਿੱਥੇ ਤੁਸੀਂ ਕਰੋਗੇ ਇਨਵੈਸਟਮੈਂਟ, ਕਿ ਲਾਓਗੇ ਤੁਸੀਂ ਭਾਰਤ ਦੇ ਵਿੱਚ ਆਪਣਾ ਮਿਹਨਤ ਦਾ ਪੈਸਾ, ਇਹੀ ਅੱਜ ਦਾ ਮਸਲਾ, ਕਰਾਂਗੇ ਇਸ ਦੇ ਉੱਤੇ ਵਿਚਾਰ ਵਟਾਂਦਰਾ ਔਰ ਕਰਾਂਗੇ ਇਸ ਦੇ ਉੱਤੇ ਉਹਨਾਂ ਸਵਾਲਾਂ ਦੀ ਪੁਛਾਰ, ਕਿਉਂਕਿ ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਅਤੇ ਅਸੀਂ ਗੱਲ ਕਰ ਰਹੇ ਸੀਗੇ ਜੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਵਿਚਾਰ ਸੀਗੇ ਅੱਜ ਦੇ ਇਸ ਮੰਚ ਦੇ ਉੱਤੇ ਜੋ ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੇ ਰੱਖੋ, ਕਿ ਦੇਸ਼ ਦੀ GDP ਆਪਾਂ ਅਗਲੇ 5 ਸਾਲ ਦੇ ਵਿੱਚ ਮੋਦੀ ਸਰਕਾਰ ਦੇ ਵਿੱਚ ਕਿਵੇਂ ਵੇਖਾਂਗੇ, ਔਰ ਪਿਛਲੇ 5 ਸਾਲ ਜਿਹੜੇ ਰਹੇ ਮੋਦੀ ਸਰਕਾਰ ਦੇ, ਇਕਨੋਮੀ ਗਰੋਥ ਜਿਹੜੀ ਹੈ ਉਹ ਇੰਡੀਆ ਦੀ ਕਿਸ ਤਰੀਕੇ ਨਾਲ ਵਿਸ਼ਵ ਪੱਧਰ ਦੇ ਵਿੱਚ ਵੇਖੀ ਗਈ, ਉਹਦਾ ਜਿਹੜਾ ਆਕਲਨ ਹੈ ਉਹ ਅੱਜ ਕਰਨ ਦੀ ਕੋਸ਼ਿਸ਼ ਇਸ ਮੰਚ ਦੇ ਉੱਤੇ ਕਰਾਂਗੇ। ਮੈਂ ਕਹਿ ਰਿਹਾ ਸੀਗਾ ਕਿ ਕਈ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਹੋਣ ਦੇ ਵਿੱਚ ਤਾਂ ਲਿਆਂਦੇ ਗਏ ਸੀਗੇ, ਲੇਕਿਨ ਜ਼ਮੀਨੀ ਪੱਧਰ 'ਤੇ ਉਹ ਵਿਖੇ ਨਹੀਂ, ਔਰ ਇੱਕ ਹੁਣ ਨਵਾਂ ਪ੍ਰੋਜੈਕਟ ਆਇਆ ਜਿਹਨੂੰ ਗਗਨਯਾਨ ਅਸੀਂ ਕਹਿ ਰਹੇ ਹਾਂ, ਜਿਹਦੇ ਵਿੱਚ 50,000 ਕਰੋੜ ਰੁਪਏ ਲਗਾਉਣ ਦੀ ਜਿਹੜੀ ਕਵਾਇਦ ਹੈ ਉਹ ਮੋਦੀ ਸਰਕਾਰ ਦੇ ਵੱਲੋਂ ਪ੍ਰਸਤਾਵ ਰੱਖਿਆ ਗਿਆ, ਔਰ ਸਪੇਸ ਦੇ ਵਿੱਚ ਭੇਜਣ ਦੀ ਜਿਹੜੀ ਹੈ ਉਹ ਗੱਲ ਕਹੀ ਜਾ ਰਹੀ ਹੈ। ਤੁਸੀਂ, ਮੈਂ ਚਾਹੁੰਦਾ ਕਿ ਠੀਕ ਹੈ ਸਾਡੇ ਭਾਰਤ ਦੇ ਜਿਹੜੇ ਐਸਟ੍ਰੋਨੋਟ ਨੇ ਉਹ ਸਪੇਸ ਦੇ ਵਿੱਚ ਪਹੁੰਚਣ, ਚੰਦ ਦੇ ਉੱਤੇ ਜਾਣ, ਸੂਰਜ ਦੇ ਉੱਤੇ ਜਾਣ, ਦੇਖਣ ਉੱਥੇ ਜਾ ਕੇ ਕੀ ਹੈ, ਮੈਂ ਸੂਰਜ ਬੋਲ ਗਿਆ, ਗਰਮੀ ਬਹੁਤ ਹੁੰਦੀ ਹੈ ਪਰ ਗਰਮੀ ਹਜੇ ਹਾਲ ਫਿਲਹਾਲ ਦੇ ਵਿੱਚ ਭਾਰਤ ਦੇ ਵਿੱਚ ਮਚੀ ਹੋਈ ਹੈ। ਸੂਬਾ ਸਰਕਾਰ ਦੀ ਗੱਲ ਮੈਂ ਕਰ ਲਾਂ ਅਗਰ ਪੰਜਾਬ ਦੀ, ਤਾਂ 6 ਦਿਨ ਬੱਚਾ ਬੋਰੇਵੈਲ ਦੇ ਵਿੱਚ ਫਸਿਆ ਰਿਹਾ, ਤੁਹਾਨੂੰ ਟੈਕਨੋਲੋਜੀ ਲਿਆਉਣ ਦੀ ਹਜੇ ਤੱਕ ਕੋਈ ਤੁਹਾਨੂੰ ਚਿੰਤਾ ਨਹੀਂ ਨਜ਼ਰ ਆਈ, ਕਿਸਾਨਾਂ ਨੂੰ ਕਿਹੜੀ ਤੁਸੀਂ ਆਲਟਰਨੇਟਿਵ ਟੈਕਨੋਲੋਜੀ ਦੇ ਸਕਦੇ ਹੋ, ਉਹਦੀ ਕੋਈ ਚਿੰਤਾ ਨਜ਼ਰ ਨਹੀਂ ਆਈ, ਤੁਸੀਂ ਸਪੇਸ ਦੇ ਉੱਤੇ ਭੇਜਣਾ। ਖੈਰ, ਸਪੇਸ ਦੇ ਉੱਤੇ ਜਿਹੜੇ ਆ ਇਹ ਕੇਂਦਰ ਸਰਕਾਰ ਭੇਜ ਰਹੀ ਹੈ, ਲੇਕਿਨ ਕਿੰਨੀ ਵਚਨਬੰਧ ਹੈਗੀ ਹੈ ਪੰਜਾਬ ਸਰਕਾਰ ਵੀ, ਕਿਉਂਕਿ ਹੁਣ ਇਹਨਾਂ ਨੂੰ ਲੈਸਨ ਲਰਨ ਕਰਨਾ ਚਾਹੀਦਾ ਸੀਗਾ ਪੰਜਾਬ ਦੀ ਇਕਨੋਮੀ ਇਸ ਟਾਈਮ ਕੀ ਕਹਿੰਦੀ ਹੈ, ਔਰ ਜੇਕਰ ਮੈਂ ਹੁਣ ਇੰਡੀਆ ਦੀ ਓਵਰਆਲ ਗੱਲ ਕਰ ਲਵਾਂ ਤਾਂ ਇਹਦੀ ਇਕਨੋਮੀ ਕੀ ਕਹਿੰਦੀ ਹੈ। ਮੇਰੇ ਨਾਲ ਇਸ ਟਾਈਮ ਇੰਡੀਆ ਤੋਂ ਲਾਈਵ ਮੌਜੂਦ ਹਨ ਆਕਾਸ਼ ਜਿੰਦਲ, ਜੋ ਕਿ ਮੰਨੇ ਪ੍ਰਮੰਨੇ ਅਰਥਸ਼ਾਸਤਰੀ ਹਨ, ਔਰ ਵੱਡੇ ਚੈਨਲਾਂ ਦੇ ਉੱਤੇ ਅਸੀਂ ਉਹਨਾਂ ਨੂੰ ਹਮੇਸ਼ਾ ਬੋਲਦੇ ਹੋਏ ਉਹਨਾਂ ਨੂੰ ਅਸੀਂ ਵੇਖਿਆ, ਐਂਡ ਮੈਂ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਉਹਨਾਂ ਦਾ ਮੈਸੇਜ ਸਾਨੂੰ ਆਇਆ, ਉਹਨਾਂ ਨੂੰ ਆਵਾਜ਼ ਨਹੀਂ ਪਹੁੰਚ ਰਹੀ, ਅਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੀ
एक बारी आवाज़ जिहड़ी है टैक्नीकल टीम नूं मैं रिक्वेस्ट करांगा कि जरूर उन्हां नूं पहुंचे स्काइप दे थ्रू साडे नाल। ओह इंडिया तो लाइव जुड़ रहे हन ते उन्हां नूं आपां जानण दी कोशिश करांगे उन्हां तों कि इकॉनमी ग्रोथ जिहड़ी है इस टाइम सानूं की दस्तक दिंदी है, की आवाज़ दिंदी है। आई वुड लाइक टू हैव आकाश जिंदल ऑन एयर। आकाश जी मैनूं सुन पा रहे हो? जी जी बिल्कुल अरकिंदर जी, आई कैन लिसन टू यू, आई एम हियरिंग यू। ओके आकाश जी थोड़ा स्वागत है सब तो पहला साडे इस प्रोग्राम दे विच। मैं तुहानूं धन्नवाद करना चाहांगा, तुसीं अपना सवेर दा कीमती समां साडे लई कढ़िया। मैं तुहानूं लेमैन क्वेश्चन पुछांगा, बहुत ही सिंपल सवाल तुहानूं पुछांगा, भारत की इकोनमी कित्थे स्टैंड करती है विश्व पद्धर दे विच और की सानूं वो स्टैटिस्टिक्स दे रही है जेकर असीं उसी मैथ्स की गल करिए तां। I couldn't understand the question. I couldn't understand the last two, three lines. Please repeat the last two, three lines. Akash ji, mathematics di gal kariye, bharat di economy di ki figure samne aundiyan han? Aaj di tareek de vich bharat di economy halki ji down hai. Jehdi economy saadi 7% de aas paas di GDP growth kar rahi si. World diyan vaddiyan economy de vichon saadi economy fastest growing sigi. Hun oh economy de vich thodi ji raftaar jehdi hai halki hoi hai. क्योंकि ओवरऑल ग्लोबल रिसेशन का समय है। इस समय असी ओवरऑल वर्ल्ड की इकोनमी की गल करिए 3.3 या 3.4% की GDP ग्रोथ की गल हो रही है। तुम न्यूयॉर्क के बैठे हो, अमेरिका चाइना ट्रेड वॉर जी है उन्हें पूरे वर्ल्ड में इंपैक्ट किया है। अमेरिका का जो ईरान इशू है वह भी कुछ इंपैक्ट किया है, तो कुछ असर हिंदुस्तान की इकोनमी पर भी पिया है। तो जी पहला वाली साड़ी ग्रोथ सी उन्नी ग्रोथ अज की तरीक नहीं है। दूजा हिंदुस्तान की इकोनमी की सब तो वड्डी स्ट्रेंथ यूरोप के अमेरिका के गल करो तो हमेशा कंजम्पशन एंड डिमांड मनी जाती सी। कंजम्पशन एंड डिमांड के थोड़ा जहा स्लो डाउन आया है, पर्टिकुलरली ऑटोमोबाइल तो पसेंजर कार के इसकी हले भी जे एनुअल डेटा देखिए असी पूरे साल का देख डेटा देखिए तो स्टिल वी आर द फास्टेस्ट गोइंग इकोनमी अमंगस्ट मेजर इकोनमीज। बट साड़ी जी ग्रोथ है थोड़ा जहाँ ग्लोबल स्लो डाउन का इंपैक्ट आया है तो कुछ स्लो डाउन तो असी भी जोड़ा है इंपैक्टेड हाँ। हाँ आई आई पी के नंबर जो कल आए हैं वो थोड़े बैटर ने, बट जी डी पी ग्रोथ साड़ी घट है, कंजम्पशन साड़ी डाउन है। बट नाउ वी आर एक्सपैक्टिंग बजट ऑन 5 जुलाई तो साड़ी उम्मीद है कि जोड़ा ये बजट है ये काफ़ी जोड़ा है सॉफ्ट होन गया इंडस्ट्री वास्ते, इंप्लॉयमेंट अपॉर्चुनिटीज वास्ते, कंजम्पशन वास्ते, ग्रोथ वास्ते। आई थिंक अगेन दिस ईयर ऑलसो वील बी द फास्टेस्ट ग्रोइंग इकोनमी अमंगस्ट मेजर इकोनमीज। अज जोड़ा है वी आर द 6th largest इकोनमी and the way we are going we are targeting to be the 3rd or 4th largest economy. So overall our economic growth is okay but for some small issues like the one I have told you. Akash ji when we talk about the basic necessity jekar main basic sahulta di gal karan India de vich oh tonu lagda hai ki ajay oh provide ho chukiyan han ya fir ode utte vi sarkar vachanmand hai soch rahi hai 50,000 crore da budget jehda hai oh गगनयान के उत्ते हुण एक नवा जिहड़ा ड्रीम प्रोजेक्ट मोदी जी का वो सामने आ रहा है, तुहानूं लगता है इहदी लोड़ सीगी जद इकोनमी हजे हौली हौली ग्रो कर रही है? देखो दोनों चीज़ां ने, जिथों तक बेसिक्स की गल है मैं तुहाडी गल कुछ हद तक मानदा, रोटी कपड़ा मकान हैल्थ एंड एजुकेशन दीज आर द 5 बेसिक्स। अज एक कड़वी सच्चाई यह है विच आई हैव टू एंड एवरीबडी हैज टू एक्सैप्ट कि साढ़े हिंदुस्तान के हले भी साढ़े बहुत सारे भैन भरा ने जिहड़े BPL ने बिलो पॉवर्टी लाइन ने जिन्हां नूं असीं बेसिक्स नहीं प्रोवाइड कर पाए हैं, तो वो साड़ी स्ट्रगल है तो वो साड़ी स्ट्रगल जिहड़ी है चल होनी चाहिए है तो सानूं कामयाब होना चाहिए। बट नाल ही नाल दैट डजंट मीन कि असीं साढ़े एंबिशियस प्रोजैक्ट्स के पिछे ना जाइए। असीं को अप्रोच रखनी है कि एंबिशियस प्रोजैक्ट्स नूं भी पूरा करिए, नाल दी नाल जिहड़े साढ़े भैन भरा जिन्हां दी तुसीं गल कीती है कि जिन्हां कोल बेसिक्स नहीं है उन्हां नूं भी पूरा कीजिए। बिकॉज on one hand today we are competing with the China's, Japan, Germany's of the world. Aaj dekho UK wargi economy the growth rate kuch had tak negative de vich hai, Japan sade to kinna piche hai, US the growth rate sade muqable te nahi hai, ta ik passe we have to compete with all these economies jis league de vich assi aa gaye ha, ta inna naal compete karan waste sanu major ambitious project jehde duniya vich sanu naam dinde ne unna de vich aana hi payega. We have to exhibit and showcase to the world that yes we have the competence to compete with the China, Japan, Germany and the America of the world. But nal hi nal assi
ਸਾਡੇ ਗਰੀਬ ਭੈਣ ਭਰਾਵਾਂ ਦਾ ਧਿਆਨ ਰੱਖਣਾ ਸਾਡੀ ਡਿਊਟੀ ਹੈ, ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤਾਂ ਅਸੀਂ ਬੈਲੈਂਸਡ ਅਪਰੋਚ ਰੱਖਣੀ ਹੈ, ਐਂਬੀਸ਼ੀਅਸ ਪ੍ਰੋਜੈਕਟਸ 'ਤੇ ਪੈਸਾ ਲਾਈਏ, ਪਲੱਸ ਸਾਡੇ ਭੈਣ ਭਰਾਵਾਂ ਨੂੰ ਬੇਸਿਕ ਸੁਵਿਧਾ ਹੋਈ ਗਈ। ਆਕਾਸ਼ ਜੀ, ਹਜੇ ਤੱਕ ਵੀ ਇੰਡੀਆ ਡਿਵੈਲਪਿੰਗ ਹੈ, ਤੁਹਾਨੂੰ ਕਿਵੇਂ ਲੱਗਦਾ ਹੈ ਜਾਂ ਕੀ ਲੱਗਦਾ ਕਿ ਕਿਵੇਂ ਡਿਵੈਲਪਡ ਹੋ ਸਕਦਾ, ਕੀ ਕਰਨਾ ਚਾਹੀਦਾ, ਵਟ ਯੂ ਥਿੰਕ? ਦੇਖੋ, ਤੁਹਾਡਾ ਬਹੁਤ ਵਧੀਆ ਪ੍ਰਸ਼ਨ ਹੈ, ਬਟ ਡਿਵੈਲਪਿੰਗ ਦੀ ਥਾਂ ਸਾਡੇ ਵਾਸਤੇ ਹੁਣ ਥੋੜ੍ਹਾ ਜਿਹਾ ਬੈਟਰ ਵਰਡ ਯੂਜ਼ ਕੀਤਾ ਜਾਂਦਾ, ਨਾਓ ਵੀ ਆਰ ਕਾਲਡ ਐਮਰਜਿੰਗ ਮਾਰਕੀਟ। ਤਾਂ ਸਾਨੂੰ ਕਰਨਾ ਕੀ ਚਾਹੀਦਾ ਹੈ, ਅੱਜ ਸਾਡੇ ਕੋਲ ਜੇ ਕੋਈ ਦਿੱਕਤ ਹੈ ਤਾਂ ਇੰਪਲੋਇਮੈਂਟ ਓਪਰਚੁਨਿਟੀਜ਼ ਦੀ ਹੈ। ਦੇਖੋ, ਅੱਜ ਇੰਡੀਆ ਦੇ ਵਿੱਚ ਓਨੀਆਂ ਇੰਪਲੋਇਮੈਂਟ ਓਪਰਚੁਨਿਟੀਜ਼ ਅਸੀਂ ਨਹੀਂ ਦੇ ਪਾ ਰਹੇ ਜਿੰਨੀ ਰਿਕੁਆਇਰਮੈਂਟ ਹੈ। ਮੇਰੇ ਆਪਣੇ ਸੂਬੇ ਪੰਜਾਬ ਦੀ ਗੱਲ ਕਰੋ ਤਾਂ ਮੇਰਾ ਆਪਣਾ ਸੂਬਾ, ਮੈਂ ਦੇਸੀ ਭਾਸ਼ਾ ਦਾ ਇਸਤੇਮਾਲ ਕਰਾਂਗਾ, ਉਹ ਤਾਂ ਖਾਲੀ ਹੁੰਦਾ ਜਾ ਰਿਹਾ। ਮੇਰੇ ਆਪਣੇ ਸੂਬੇ ਦੇ ਟੀਨੇਜਰਸ ਦੇ ਹੈ, ਆਈ ਐਮ ਕਮਿੰਗ ਔਨ ਪੰਜਾਬ, ਡੈਫੀਨਿਟਲੀ ਆਈ ਵਿਲ ਆਸਕ ਯੂ ਵਨ ਕੁਐਸਚਨ ਔਨ ਪੰਜਾਬ, ਬਟ ਆਈ ਵੁੱਡ ਲਾਈਕ ਟੂ ਨੋ ਅਬਾਊਟ ਦੀ ਓਵਰਆਲ ਮੈਂ ਕੰਟਰੀ ਦੀ ਗੱਲ ਕਰ ਰਿਹਾ। ਆਈ ਐਮ ਗਿਵਿੰਗ ਯੂ ਐਨ ਓਵਰਆਲ ਪਿਕਚਰ ਅਬਾਊਟ ਇੰਡੀਆ, ਆਈ ਐਮ ਜਸਟ ਗਿਵਿੰਗ ਯੂ ਐਨ ਐਗਜ਼ਾਮਪਲ ਆਫ ਵਨ ਆਫ ਦ ਸਟੇਟਸ, ਆਈ ਐਮ ਕਮਿੰਗ ਔਨ ਓਵਰਆਲ ਇੰਡੀਆ ਓਨਲੀ। ਸੋ ਵਾਟ ਆਈ ਐਮ ਟ੍ਰਾਇੰਗ ਟੂ ਸੇ ਇਜ਼ ਦ ਬਿਗੈਸਟ ਇਸ਼ੂ ਵਿਦ ਇੰਡੀਆ ਇਜ਼ ਇੰਪਲੋਇਮੈਂਟ ਓਪਰਚੁਨਿਟੀਜ਼। ਨਾ ਹਾਊ ਡੂ ਵੀ ਪ੍ਰੋਵਾਈਡ ਇੰਪਲੋਇਮੈਂਟ ਓਪਰਚੁਨਿਟੀਜ਼? ਦ ਬੈਸਟ ਵੇ ਇਜ਼ ਕਿ ਅੱਜ ਅਸੀਂ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਮੋਟੀਵੇਟ ਕਰੀਏ। ਅਮੈਰੀਕਾ ਤੇ ਯੂਰਪੀਅਨ ਇਕਨੋਮੀਜ਼ ਕੁਝ ਹੱਦ ਤੱਕ ਸੈਚੂਰੇਸ਼ਨ ਲੈਵਲ ਤੇ ਪਹੁੰਚ ਗਈਆਂ, ਉੱਥੇ ਉਹਨਾਂ ਗਰੋਥ ਨਹੀਂ ਹੈ। ਤਾਂ ਉਹਨਾਂ ਦੇ ਸਾਹਮਣੇ ਆਪਣਾ ਕੇਸ ਰੱਖੀਏ, ਉਹਨਾਂ ਨੂੰ ਗਰੋਥ ਵਾਸਤੇ ਓਪਰਚੁਨਿਟੀਜ਼ ਚਾਹੀਦੀਆਂ, ਦੇ ਨੀਡ ਪਲੇਸ ਵੇਅਰ ਦੇ ਕੈਨ ਗਰੋ। ਅਸੀਂ ਉਹਨਾਂ ਨੂੰ ਉਹ ਸਾਰੀ ਸੁਵਿਧਾ ਪ੍ਰੋਵਾਈਡ ਕਰੀਏ, ਤਾਂ ਉਹਦੇ ਨਾਲ ਸਾਡੇ ਫੈਕਟਰੀ ਲੱਗੇਗੀ, ਇੰਡਸਟਰੀ ਲੱਗੇਗੀ, ਤਾਂ ਫੈਕਟਰੀ ਲੱਗੇਗੀ, ਇੰਡਸਟਰੀ ਲੱਗੇਗੀ, ਉਹ ਆਪੇ ਸਾਡੇ ਯੂਥ ਨੂੰ ਸੱਦਾ ਦੇ ਕੇ ਲਿਆਉਣਗੇ ਕਿ ਹਾਂਜੀ ਸਾਡੀ ਫੈਕਟਰੀ ਖੁੱਲੀ ਹੈ, ਆਓ ਇੱਥੇ ਵਰਕਰ ਦਾ ਕੰਮ ਕਰੋ, ਡਰਾਈਵਰ ਦਾ ਕੰਮ ਕਰੋ, ਜਾਂ ਜਿਹੜੇ ਟੈਕਨੀਕਲ ਇਕਵਿਪਮੈਂਟ ਨੇ ਸਾਡੇ ਭੈਣ ਭਰਾ ਨੇ, ਕਿ ਇੱਥੇ ਇੰਜੀਨੀਅਰ ਦਾ ਕੰਮ ਕਰੋ, ਸੁਪਰਵਾਈਜ਼ਰ ਦਾ ਕੰਮ ਕਰੋ। ਤਾਂ ਸਾਡੀ ਸਾਰੀਆਂ ਜਿਹੜੀਆਂ ਦਿੱਕਤ ਹੈ ਉਹਦਾ ਇੱਕੋ ਹੀ ਸੋਲਿਊਸ਼ਨ ਹੈ, ਹਿਊਜ ਇਨਵੈਸਟਮੈਂਟ ਬਾਏ ਫੋਰਨ ਇਨਵੈਸਟਰਸ ਐਜ਼ ਵੈਲ ਐਜ਼ ਇੰਡੀਅਨ ਕਾਰਪੋਰੇਟਸ। ਹਿੰਦੁਸਤਾਨ ਦਾ ਵੱਡਾ ਕਾਰਪੋਰੇਟ ਵੀ ਪਿਛਲੇ 10 ਸਾਲਾਂ ਤੋਂ, ਚਾਹੇ ਯੂਪੀਏ ਦਾ ਵਕਤ ਰਿਹਾ ਹੋਵੇ, ਚਾਹੇ ਇੰਡੀਆ ਦਾ ਵਕਤ ਰਿਹਾ ਹੋਵੇ, ਵੱਡਾ ਪਲਾਂਟ ਨਹੀਂ ਲਾ ਰਿਹਾ। ਜਿਹੜੇ ਵੱਡੇ ਹਿਊਜ ਗ੍ਰੀਨਫੀਲਡ ਪ੍ਰੋਜੈਕਟਸ ਜਿਹੜੇ 15-15, 20-20 ਹਜ਼ਾਰ ਲੋਕਾਂ ਨੂੰ ਇੰਪਲੋਇਮੈਂਟ ਦੇ ਸਕਦੇ ਨੇ, ਉਹ ਇੰਡੀਆ ਦੇ ਵਿੱਚ ਅੱਜ ਨਹੀਂ ਲੱਗੇ ਜ਼ਿਆਦਾ ਪਿਛਲੇ 10 ਸਾਲ ਦੇ ਵਿੱਚ। ਦੈਟ ਇਜ਼ ਵਾਟ ਵੀ ਨੀਡ, ਦੈਟ ਇਜ਼ ਵਾਟ ਵੀ ਰਿਕੁਆਇਰ। ਡੈਫੀਨੇਟਲੀ, ਸੋ ਆਈਲ ਕਮ ਔਨ ਪੰਜਾਬ, ਬਟ ਮੈਂ ਇੱਥੇ ਇੱਕ ਨਿੱਕੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕਣਾ ਚਾਹੁੰਦਾ, ਔਰ ਜਦ ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਤਾਂ ਮੈਂ ਪੰਜਾਬ ਦੀ ਮਾਲੀ ਹਾਲਤ ਉੱਤੇ ਵੀ ਥੋੜ੍ਹਾ ਜਿਹਾ ਚਾਨਣਾ ਪਾ ਲਵਾਂ ਕਿ ਪੰਜਾਬ ਦਾ ਇਕਨੋਮੀ ਕਿੱਥੇ ਪਹੁੰਚੀ ਹੈ ਇਸ ਟਾਈਮ, ਔਰ ਕੀ ਰੇਟ ਉੱਥੇ ਅਸੀਂ ਅਗਰ ਜੇਕਰ ਵੇਖਿਆ ਜਾਏ GDP ਦੇ ਹਿਸਾਬ ਨਾਲ ਤਾਂ ਕਿਵੇਂ ਗਰੋ ਕਰ ਸਕਦਾ ਪੰਜਾਬ, ਐਂਡ ਕਿਹੜੀ ਕਿਹੜੀ ਸਹੂਲਤਾਂ ਅਜੇ ਵੀ ਪੰਜਾਬ ਦੇ ਵਿੱਚ ਜ਼ਰੂਰਤ ਹੈਗੀ ਹੈ ਜਿਹਨੂੰ ਅਸੀਂ ਇਹ ਇਕਨੋਮੀ ਦੇ ਹਿਸਾਬ ਨਾਲ ਵੇਖਦੇ ਹਾਂ। ਅਤੇ ਆਕਾਸ਼ ਜਿੰਦਲ ਹੋਰਾਂ ਤੋਂ ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੋ ਜਿਹੜੇ ਦਰਸ਼ਕ ਹੁਣ ਸਾਡੇ ਨਾਲ ਜੁੜੇ ਨੇ, ਬ੍ਰੇਕ ਤੋਂ ਬਾਅਦ ਉਹਨਾਂ ਦਾ ਸਵਾਗਤ ਹੈ। ਅੱਜ ਇਸ ਮੰਚ ਦੇ ਉੱਤੇ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ, ਗਗਨ ਯਾਨ, ਯਾਨੀ ਕਿ ਇਹ ਸੁਪਨਾ ਹੁਣ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਹੋਰ ਸੁਪਨਾ ਉਹਨਾਂ ਦੇ ਸੁਪਨਿਆਂ ਦੇ ਵਿੱਚ ਜੁੜ ਗਿਆ, ਜੋ ਕਿ 50,000 ਕਰੋੜ ਰੁਪਏ ਦੀ ਇਨਵੈਸਟਮੈਂਟ ਚਾਹੁੰਦਾ ਹੈ, ਔਰ ਇਹ ਇੱਕ ਤਜਵੀਜ਼ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੱਖੀ ਗਈ ਹੈ। ਉਹਦੇ ਉੱਤੇ ਅਸੀਂ ਸਵਾਲ ਲਏ ਸੀਗੇ, ਸਾਡੇ ਨਾਲ ਅਰਥ ਸ਼ਾਸਤਰੀ ਆਕਾਸ਼ ਜਿੰਦਲ ਜੁੜੇ ਸੀਗੇ। ਹੁਣ ਜੇਕਰ ਮੈਂ ਪੰਜਾਬ ਦੇ ਵਿੱਚ ਆ ਜਾਵਾਂ ਤਾਂ ਕਿੱਥੇ ਖੜ੍ਹਾ ਹੈ ਇਸ ਟਾਈਮ ਪੰਜਾਬ ਹੋਰ ਸੂਬਿਆਂ ਨਾਲੋਂ? ਆਕਾਸ਼ ਜੀ, ਮੇਰਾ ਸਿੱਧਾ ਸਵਾਲ ਤੁਹਾਨੂੰ ਇਹੀ ਹੈਗਾ ਕਿ ਜੇਕਰ ਮੈਂ ਹੋਰ ਸੂਬਿਆਂ ਨਾਲ ਐਨਾਲਿਸਿਸ ਕਰਾਂ ਪੰਜਾਬ ਦੀ, ਤਾਂ ਪੰਜਾਬ ਇਸ ਟਾਈਮ ਪ੍ਰੈਜ਼ੈਂਟ ਤੌਰ 'ਤੇ ਕਿੱਥੇ ਖੜ੍ਹਾ? ਦੇਖੋ, ਪੰਜਾਬ ਇੱਕ ਟਾਈਮ 'ਤੇ ਮੇਰਾ ਪੰਜਾਬ ਦੇਸ਼ ਦਾ ਸਭ ਤੋਂ ਤਰੱਕੀਸ਼ੁਦਾ ਸੂਬਾ ਸੀਗਾ, ਨੰਬਰ 1 ਸੂਬਾ ਸੀਗਾ। ਅੱਜ ਉਹ ਸਿਚੁਏਸ਼ਨ ਨਹੀਂ ਹੈ। ਅੱਜ ਸਿਚੁਏਸ਼ਨ ਜਿਹੜਾ ਹੈ, ਕਈ ਮਾਇਨੇ ਦੇ ਅੰਦਰ ਮੇਰਾ ਆਪਣਾ ਸੂਬਾ ਟੌਪ 10 ਦੇ ਵਿੱਚ ਵੀ ਨਹੀਂ ਹੈ, ਬਟ ਅਸੀਂ ਇਹਨੂੰ ਟੌਪ 10 ਦੇ ਵਿੱਚ ਲਿਆ ਸਕਦੇ ਹਾਂ, ਅਤੇ ਦੇਸ਼ ਦੀ ਇਕਨੋਮੀ ਦੇ ਵਿੱਚ ਇਹ ਵੱਡਾ ਕੰਟਰੀਬਿਊਟਰ ਹੋ ਸਕਦਾ। ਸਾਨੂੰ ਦੋ ਚੀਜ਼ਾਂ ਦੀ ਲੋੜ ਹੈ। ਹੋ ਕੀ ਰਿਹਾ, ਮੇਰੇ ਕਿਸਾਨ ਭਰਾ ਜਿਹੜੇ ਨੇ ਉੱਥੇ, ਉਹਨਾਂ ਦੀਆਂ ਜ਼ਮੀਨਾਂ ਘੱਟ ਰਹੀਆਂ ਨੇ। ਬਿਕੋਜ਼ ਕੀ ਹੈ, ਜਿਵੇਂ ਇੱਕ ਬੰਦੇ ਦੇ 4 ਬੇਟੇ ਸੀਗੇ, ਤਾਂ ਲੈਂਡ ਹੈਜ਼ ਬੀਨ ਡਿਵਾਈਡਡ ਇਨ ਟੂ 4 ਏਰੀਆਸ, ਤਾਂ ਆਟੋਮੇਸ਼ਨ ਨਹੀਂ ਆ ਰਹੀ, ਤਾਂ ਉੱਥੇ ਆਟੋਮੇਸ਼ਨ ਆਉਣੀ ਚਾਹੀਦੀ ਹੈ। ਤਾਂ ਮੈਂ ਸਰਕਾਰ ਨੂੰ ਇਹ ਸੁਜੈਸਟ ਕਰਾਂਗਾ, ਪੰਜਾਬ ਸਰਕਾਰ ਨੂੰ ਤੁਹਾਡੇ ਮੰਚ ਤੋਂ ਇਹ ਸੁਜੈਸਟ ਕਰਾਂਗਾ ਕਿ ਗੌਰਮੈਂਟ ਦੀ ਤਰਫ ਤੋਂ ਆਟੋਮੇਸ਼ਨ ਹੋਵੇ, ਉਹ ਆਟੋਮੇਸ਼ਨ ਦਾ ਇਕਵਿਪਮੈਂਟ ਅਵੇਲੇਬਲ ਹੋਵੇ। ਚਾਹੇ ਕਿਸੇ ਭਰਾ ਦੀ 4 ਏਕੜ ਜ਼ਮੀਨ ਹੈ, ਉਹਦੇ ਵਾਸਤੇ ਵੀ ਆਟੋਮੇਸ਼ਨ ਅਵੇਲੇਬਲ ਹੋਵੇ ਜੇ ਗੌਰਮੈਂਟ ਇਨਫਰਾਸਟ੍ਰਕਚਰ ਦੇਗੀ। ਪਹਿਲੀ ਤਾਂ ਇਹ ਲੋੜ ਹੈ। ਦੂਜੀ ਹੈ ਇੰਡਸਟਰੀ ਦੀ। ਆਈ ਥਿੰਕ ਪੰਜਾਬ ਦੀ ਜਿਹੜੀ ਟੋਪੋਗ੍ਰਾਫੀ ਦੇਖੋ, ਪੰਜਾਬ ਦੀ ਟੋਪੋਗ੍ਰਾਫੀ ਇੰਡਸਟਰੀ ਵਾਸਤੇ ਬਹੁਤ ਜ਼ਿਆਦਾ ਸੂਟ ਕਰਦੀ ਹੈ। ਇੱਕ ਜ਼ਮਾਨਾ ਸੀ ਕਹਿੰਦਾ ਪੰਜਾਬ ਲੈਂਡਲੌਕਡ, ਬਟ ਹੁਣ DMIC ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਬਹੁਤ ਤੇਜ਼ੀ ਨਾਲ ਬਣ ਰਿਹਾ। ਉਹ ਤੋਂ ਬਾਅਦ ਕੀ ਹੈ, ਪੰਜਾਬ ਦੀ ਦਿੱਲੀ ਤੋਂ ਦੂਰੀ ਕਈ ਜਗ੍ਹਾ ਤੋਂ ਸਿਰਫ 200-250 ਕਿਲੋਮੀਟਰ ਹੈ, ਤਾਂ ਇਸ 'ਤੇ ਉਹ ਲੈਂਡਲੌਕ ਨਾਲ ਸਮੱਸਿਆ ਵੀ ਨਹੀਂ ਹੈ। ਪੋਰਟ ਨਾਲ ਸਾਡੀ ਕਨੈਕਟੀਵਿਟੀ ਬਹੁਤ ਵਧੀਆ ਹੋਣ ਵਾਲੀ ਹੈ। ਤਾਂ ਪੰਜਾਬ ਦੇ ਵਿੱਚ ਵੀ ਸਾਡੀ ਪੰਜਾਬ ਸਰਕਾਰ ਨੂੰ ਮੇਰੀ ਇਹ ਸਲਾਹ ਹੈ ਕਿ ਅਸੀਂ ਗਲੋਬਲ ਫੰਡਿੰਗ
ਡੋਮੈਸਟਿਕ ਫੰਡਿੰਗ ਲਈਏ ਤੇ ਵੱਡੀਆਂ ਇੰਡਸਟਰੀਜ਼ ਲਾਈਏ ਤਾਂ ਕਿ ਪੰਜਾਬ ਦੇ ਯੂਥ ਨੂੰ ਅਸੀਂ ਰੋਜ਼ਗਾਰ ਦੇ ਸਕੀਏ। ਕਿਉਂਕਿ ਇੱਕ ਗੱਲ ਕਲੀਅਰ ਹੈ, ਪੰਜਾਬ ਦਾ ਯੂਥ ਬੜਾ ਮਿਹਨਤੀ ਯੂਥ ਹੈ, ਬੜਾ ਟੈਲੈਂਟਡ ਯੂਥ ਹੈ। ਇਹ ਸਰਕਾਰ ਦੇ ਉੱਪਰ ਓਨਸ ਹੈ ਕਿ ਅਸੀਂ ਉਹਦੇ ਟੈਲੈਂਟ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ, ਰਾਈਟ, ਕਿਵੇਂ ਉਹਨੂੰ ਜਿਹੜਾ ਹੈ ਇੱਥੇ ਵਧੀਆ ਜੌਬ ਦੇ ਸਕਦੇ। ਅਦਰਵਾਈਜ਼ ਅੱਜ ਸੱਚਾਈ ਕੀ ਹੈ, ਪੰਜਾਬ ਦਾ ਯੂਥ ਜਾਂ ਤਾਂ ਗਲਫ ਦੇ ਵਿੱਚ ਜਾ ਰਿਹਾ ਹੈ ਜਾਂ US ਜਾ ਰਿਹਾ ਜਾਂ ਕੈਨੇਡਾ ਜਾ ਰਿਹਾ ਹੈ। ਇੱਕ ਪਰੰਪਰਾ ਜੀ ਬਣ ਗਈ ਹੈ ਕਿ ਆਲ ਦ ਟੀਨੇਜਰਸ, ਮਾਈ ਆਰਗਨਾਈਜੇਸ਼ਨ ਆਕਾਸ਼ਿੰਦਲ .in ਜਿਹੜਾ ਸਰਵੇ, ਆਲ ਦ ਟੀਨੇਜਰਸ ਦੇ ਆਰ ਪਲੈਨਿੰਗ ਟੂ ਗੋ ਓਵਰਸੀਜ਼ ਐਂਡ ਡੂ ਜੋਬ। ਇੱਕ ਉਹ ਕਲਚਰ ਪੰਜਾਬ ਦੇ ਵਿੱਚ ਡਿਵੈਲਪ ਹੋ ਗਿਆ ਤੇ ਸਾਨੂੰ ਪੰਜਾਬ ਨੂੰ ਇਟਸੈਲਫ ਇੱਕ ਅਟਰੈਕਟਿਵ ਡੈਸਟੀਨੇਸ਼ਨ, ਇੱਕ ਅਟਰੈਕਟਿਵ ਇੰਪਲੋਇਮੈਂਟ ਓਪਰਚੁਨਿਟੀਜ਼ ਦਾ ਸੈਂਟਰ ਬਣਾਉਣਾ ਹੈ। ਐਂਡ ਇਟ ਕੈਨ ਬੀ ਵੈਰੀ ਵੈਲ ਡਨ ਕੰਸਿਡਰਿੰਗ ਦ ਟੈਲੈਂਟ ਆਫ ਯੂਥ ਆਫ ਪੰਜਾਬ ਐਂਡ ਕੰਸਿਡਰਿੰਗ ਦ ਟੋਪੋਗ੍ਰਾਫੀ ਐਂਡ ਟੂਡੇਜ਼ ਕਨੈਕਟੀਵਿਟੀ ਆਫ ਪੰਜਾਬ। ਰਾਈਟ ਆਕਾਸ਼ ਜੀ, ਅਗਰ ਆਪਾਂ ਹਰਿਆਣਾ ਦੀ ਗੱਲ ਕਰ ਲਈਏ, ਗਵਾਂਢੀ ਸੂਬਾ ਹੈ ਉਹ, ਪੰਜਾਬ ਨਾਲੇ ਅੱਗੇ ਨਿਕਲ ਗਿਆ। ਦੇਖੋ ਹਰਿਆਣਾ ਦਾ ਕੀ ਹੈ, ਹਰਿਆਣਾ ਨੂੰ ਕਈ ਐਡਵਾਂਟੇਜਸ ਮਿਲੀਆਂ। ਹਰਿਆਣਾ ਜੇ ਦਿੱਲੀ ਦਾ ਦੇਖੀਏ ਅਸੀਂ, ਦਿੱਲੀ ਦੇ ਤਿੰਨ ਸਾਈਡ ਤੋਂ ਹਰਿਆਣਾ ਹੈ ਤਾਂ ਦਿੱਲੀ ਨਾਲ ਕਨੈਕਟੀਵਿਟੀ ਦਾ ਫਾਇਦਾ ਮਿਲਿਆ ਤੇ ਉਸ ਚੀਜ਼ ਦਾ ਉਹਨੂੰ ਬੈਨੀਫਿਟ ਮਿਲਿਆ। ਤੇ ਹਰਿਆਣਾ ਦੇ ਕੋਲ ਜਿਹੜਾ ਹੈ ਇੱਕ, ਮੈਂ ਕਹੂੰਗਾ ਹਰਿਆਣਾ ਹੈਜ਼ ਬੀਨ ਗਿਫਟ ਲੈਂਡ ਆਫ ਗਿਫਟਡ ਪੀਪਲ, ਕਿਉਂਕਿ ਹਰਿਆਣਾ ਨੂੰ ਗੁੜਗਾਓਂ ਮਿਲਿਆ। ਗੁੜਗਾਓਂ ਜਿਹੜਾ ਹੈ ਗੁਰੂਗ੍ਰਾਮ, ਉਹਦੇ ਵਿੱਚ IT ਦਾ ਜਿਹੜਾ ਹੈ ਬਹੁਤ ਵਧੀਆ ਕੰਮ ਸ਼ੁਰੂ ਹੋਇਆ ਤੇ ਇਹੀ ਚੀਜ਼, ਇਨਫੈਕਟ ਯੂਅਰ ਕੁਐਸਚਨ ਇਜ਼ ਅ ਵੈਰੀ ਗੁੱਡ ਕੁਐਸਚਨ, ਇਟਸ ਅ ਵੈਰੀ ਨਾਈਸ ਕੁਐਸਚਨ। ਇਹੀ ਚੀਜ਼ ਅਸੀਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਨਾਲ, ਸਾਡਾ ਮੋਹਾਲੀ ਹੈ ਉੱਥੇ ਕਰ ਸਕਦੇ ਹਾਂ, ਕਿਉਂਕਿ ਚੰਡੀਗੜ੍ਹ ਦੇ ਨਾਲ ਮੋਹਾਲੀ ਜਿਹੜਾ ਹੈ ਉੱਥੇ ਇੰਗਲਿਸ਼ ਸਪੀਕਿੰਗ ਪਾਪੂਲੇਸ਼ਨ ਹੈ, ਰਾਈਟ, ਟੈਕਨੋਲੋਜੀ ਓਰੀਐਂਟਡ ਬੱਚੇ ਨੇ, ਤੇ ਸਾਨੂੰ ਕੀ ਚਾਹੀਦਾ, ਸਾਡੀ ਸਰਕਾਰ ਨੂੰ ਕੀ ਚਾਹੀਦਾ ਕਿ BPO ਤੇ IT ਦਾ ਕੰਮ ਅਸੀਂ ਮੋਹਾਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਹੋਰ ਨੇੜੇ ਤੇੜੇ ਜਿਹੜੇ ਏਰੀਆਜ਼ ਨੇ ਪੰਜਾਬ ਦੇ ਉੱਥੇ ਕਰ ਸਕਦੇ ਹਾਂ। ਵੀ ਹੈਵ ਸੋ ਮਚ ਆਫ ਯੂਥ ਹੂ ਕੈਨ ਸਪੀਕ ਇਨ ਇੰਗਲਿਸ਼, ਹੂ ਆਰ ਟੈਕਨੋਲੋਜੀ ਓਰੀਐਂਟਡ, ਹੂ ਵੁੱਡ ਡੂ ਟੈਕ ਜੋਬਸ। ਆਈ ਥਿੰਕ ਵੀ ਕੈਨ ਕ੍ਰੀਏਟ ਅਨਦਰ ਗੁਰੂਗ੍ਰਾਮ ਇਨ ਮੋਹਾਲੀ ਐਂਡ ਐਡਜੋਇਨਿੰਗ ਏਰੀਆਜ਼, ਤਾਂ ਜੇ ਉਹ ਕਰ ਲੈਂਦੇ ਹਾਂ ਤਾਂ ਅਸੀਂ ਜਿਹੜਾ ਹੈ ਪੰਜਾਬ ਨੂੰ ਵੀ ਉਸੇ ਤਰੀਕੇ ਨਾਲ ਇੱਕ ਰੋਬਸਟ ਸੂਬਾ ਬਣਾ ਸਕਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਟੈਲੈਂਟ ਹੈ। ਅਗੇਨ ਆਈ ਰਿਪੀਟ, ਰਾਈਟ, ਚੰਡੀਗੜ੍ਹ ਦੇ ਵਿੱਚ ਜਿਹੜੀ ਇੰਗਲਿਸ਼ ਸਪੀਕਿੰਗ ਮੈਨਪਾਵਰ ਹੈ ਦੈਟ ਇਜ਼ ਕੁਆਇਟ ਹਾਈ ਐਂਡ ਨੌਲੇਜ ਲੈਵਲ ਇਜ਼ ਕੁਆਇਟ ਹਾਈ, ਸੋ ਆਈ ਥਿੰਕ ਦੈਟ ਇਜ਼ ਸਮਥਿੰਗ ਵਿਚ ਕੈਨ ਬੀ ਡਨ। ਆਕਾਸ਼ ਜੀ, ਮੈਂ ਹੁਣ ਜੇਕਰ ਪੰਜਾਬ ਦੀ ਮਾਲੀ ਹਾਲਤ ਦੀ ਗੱਲ ਕਰ ਲਵਾਂ ਤੇ ਸੂਬਾ ਸਰਕਾਰ ਨੂੰ, ਮੈਂ ਇੱਥੇ ਕੈਪਟਨ ਸਰਕਾਰ ਨੂੰ ਕਹਿਣਾ ਚਾਹੁੰਦਾ, ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਇਸ ਸਰਕਾਰ ਨੂੰ ਕਿ ਅਗਰ ਉਹ ਇਸ ਪਾਸੇ ਧਿਆਨ ਦਿੰਦੀ ਹੈ ਤਾਂ ਆਪਣੇ ਖਜ਼ਾਨੇ ਨੂੰ ਭਰ ਸਕਦੀ ਹੈ ਔਰ ਜਿਹੜਾ ਅੱਜ ਕਰਜ਼ੇ ਦੇ ਹੇਠ ਪੰਜਾਬ ਦੱਬਿਆ ਹੋਇਆ ਉਹ ਤੋਂ ਬਾਹਰ ਆ ਸਕਦਾ? ਸਿੱਧਾ ਸਿੰਪਲ ਸੁਜੈਸ਼ਨ ਇਹ ਹੈ ਕਿ ਇਨਵੈਸਟਮੈਂਟਸ ਨੂੰ ਇਨਵਾਈਟ ਕੀਤਾ ਜਾਵੇ। ਇੰਡੀਅਨ ਵੱਡੇ ਕਾਰਪੋਰੇਟਸ ਦੀ ਇਨਵੈਸਟਮੈਂਟ, ਇੰਡੀਆ ਦੇ ਵੱਡੇ ਵੱਡੇ ਕਾਰਪੋਰੇਟ ਸੈਕਟਰ ਦੀ ਕੰਪਨੀਜ਼ ਨੂੰ ਲਿਆਦਾ ਜਾਵੇ, ਉਹ ਆ ਕੇ ਇਨਵੈਸਟਮੈਂਟ ਕਰਨਗੀਆਂ। ਇੱਕ ਤਾਂ ਸਰਕਾਰ ਕੋਲ ਟੈਕਸਿਸ ਆਉਣਗੀਆਂ, ਜੋ ਕੋਈ ਫੈਕਟਰੀ ਲੱਗੇਗੀ, ਫੈਕਟਰੀ ਲੱਗਣ ਨਹੀਂ ਲੱਗੇਗੀ ਪਹਿਲੇ ਦਿਨ ਲੱਗਦਾ ਹੈ ਕਾਲਜ ਕਿ ਉਹ ਕੰਫੀਡੈਂਸ ਲੈਵਲ ਪੈਦਾ ਕਰ ਪਾ ਰਹੀ ਹੈ ਸਰਕਾਰ ਜਾਂ ਫਿਰ ਉਹ ਕੇਂਦਰ ਸਰਕਾਰ ਹੋ ਜਾਂ ਫਿਰ ਸੂਬਾ ਸਰਕਾਰ ਹੋਵੇ, NRI ਪਰ ਆਵਾਂਗੇ। ਕੰਫੀਡੈਂਸ ਕੰਫੀਡੈਂਸ ਪੈਦਾ ਕਰਨਾ ਪਏਗਾ, ਪਲੱਸ ਐਸ ਯੂ ਹੈਵ ਰਾਈਟਲੀ ਸੈਡ ਸਾਡੇ NRI ਜਿਹੜੇ ਨੇ ਉਹ ਕਾਫੀ ਫਾਈਨੈਂਸ਼ੀਅਲੀ ਸਟਰੋਂਗ ਨੇ। ਮੈਨੀ ਆਫ ਆਰ NRI ਬ੍ਰਦਰਸ ਹੈਵ ਡਨ ਵੈਰੀ ਵੈਲ ਇਨ US ਐਂਡ ਕੈਨੇਡਾ, ਉਹਨਾਂ ਨੂੰ ਵੀ ਜਿਹੜਾ ਹੈ ਅਸੀਂ ਮਾਰਕੀਟ ਕਰਨਾ ਹੈ ਕਿ ਪੰਜਾਬ ਦੇ ਵਿੱਚ ਉਹ ਆਪਣੇ ਸੂਬੇ ਦੇ ਵਿੱਚ ਕਿਵੇਂ ਆ ਕੇ ਇਹ 'ਚ ਫਾਇਦਾ ਚੱਕ ਸਕਦੇ ਹੈ ਤੇ ਗਰੋ ਕਰ ਸਕਦੇ ਸੂਬੇ ਦੇ ਨਾਲ। ਆਈ ਥਿੰਕ ਸਾਡੇ NRIs ਜਿਹੜੇ ਕਿ ਬਹੁਤ ਜਿਹਨਾਂ 'ਚ ਕੋਈ ਫਾਈਨੈਂਸ਼ੀਅਲੀ ਪ੍ਰੋਸਪਰਸ ਨੂੰ, ਉਹਨਾਂ ਨੂੰ ਵੀ ਇਹ ਚੀਜ਼ ਕਹਿਣੀ ਹੈ, ਪਲੱਸ ਇੰਡੀਅਨ ਇਨਵੈਸਟਰ ਪਲੱਸ ਫੋਰਨ ਡਾਇਰੈਕਟ ਇਨਵੈਸਟਮੈਂਟ। ਤੇ ਅੱਜ ਪੰਜਾਬ ਦੀ ਟੋਪੋਗ੍ਰਾਫੀ ਸੂਟ ਕਰਦੀ ਹੈ। ਅੱਜ ਤੋਂ 10 ਸਾਲ 15 ਸਾਲ ਪਹਿਲਾਂ ਸਾਨੂੰ ਲੈਂਡ ਲੌਕ ਕਿਹਾ ਜਾਂਦਾ ਸੀ, ਬਟ ਨਾਓ ਬਿਕੋਜ਼ ਆਫ ਦਿਸ ਇੰਡਸਟਰੀਅਲ ਕੋਰੀਡੋਰਸ, ਨਾਓ ਬਿਕੋਜ਼ ਆਫ ਦਿਸ ਗ੍ਰੇਟ ਕਨੈਕਟੀਵਿਟੀ, ਵੀ ਆਰ ਨੋ ਮੋਰ ਅ ਲੈਂਡ ਲੌਕ ਸਟੇਟ। ਅੱਜ ਅਸੀਂ ਇੰਡਸਟਰੀ ਵੱਡੇ ਲੈਵਲ ਤੇ ਲਾ ਸਕਦੇ ਹਾਂ। ਰਾਧਾ ਦੇਖੋ ਟੋਪੋਗ੍ਰਾਫੀ ਇੰਨੀ ਵਧੀਆ ਹੈ, ਕੋਈ ਹਿਲਸ ਨਹੀਂ ਹੈ, ਕੁਛ ਨਹੀਂ ਹੈ, ਕਨੈਕਟੀਵਿਟੀ ਬਹੁਤ ਚੰਗੀ ਹੋਏਗੀ DMIC ਨਾਲ ਤੇ ਅੰਮ੍ਰਿਤਸਰ ਕੋਲਕਾਤਾ ਦਿੱਲੀ ਕੋਰੀਡੋਰ ਬਣ ਜਾਂਦਾ, ਉਹਦੇ ਨਾਲ ਵੀ ਕਨੈਕਟੀਵਿਟੀ ਬਹੁਤ ਚੰਗੀ ਹੋਏਗੀ। ਤਾਂ ਟੁਡੇ ਪੰਜਾਬ ਨੀਡਸ ਟੂ ਟੈਲ ਦ ਇਨਵੈਸਟਰਸ ਦੈਟ ਕਮ ਹੇਅਰ, ਵੀਲ ਪ੍ਰੋਵਾਈਡ ਯੂ ਆਲ ਦ ਫੈਸਿਲਿਟੀਜ਼ ਐਂਡ ਵੀ ਹੈਵ ਦ ਟੈਲੈਂਟਡ ਮੈਨ ਪਾਵਰ ਹੂ ਕੈਨ ਵਰਕ ਵਿਦ ਯੂ ਐਟ ਵਾਇਬਲ ਰੇਟਸ। ਉਹ ਸਾਡੀ ਬਹੁਤ ਵੱਡੀ ਜ਼ਰੂਰਤ ਹੈ। ਜਿਵੇਂ ਹੀ ਉਹ ਇਨਵੈਸਟਮੈਂਟ ਆਏਗੀ ਪਹਿਲੇ ਦਿਨ ਤੋਂ ਹੀ ਰਾਈਟ ਫਰੋਮ ਦ ਡੇ ਵਨ ਸਾਡੇ ਕੋਲ ਟੈਕਸ ਕਲੈਕਸ਼ਨ ਹੋ ਜਾਂਦਾ ਹੈ। ਜਿਵੇਂ ਉਹ ਇੰਡਸਟਰੀ ਮੈਨੂਫੈਕਚਰਿੰਗ ਸ਼ੁਰੂ ਕਰੇਗੀ ਸਾਡੀ ਟੈਕਸ ਕਲੈਕਸ਼ਨ ਹੋਰ ਜ਼ਿਆਦਾ ਵੱਧ ਜਾਣੀ ਹੈ, ਟੈਕਸ ਕਲੈਕਸ਼ਨ ਵਧੇਗੀ, ਸੂਬੇ ਦੀ ਸਰਕਾਰ ਕੋਲ ਪੈਸਾ ਆਏਗਾ, ਪੈਸਾ ਆਏਗਾ ਤਾਂ ਸਰਕਾਰ ਵੈਲਫੇਅਰ ਸਕੀਮ ਚਲਾ ਪਾਏਗੀ। ਆਈ ਥਿੰਕ ਦਿਸ ਇਜ਼ ਦ ਬੈਸਟ ਐਂਡ ਦ ਸ਼ਾਰਟੈਸਟ ਮੈਥਡ ਐਂਡ ਸਟੇਟ ਗਵਰਨਮੈਂਟ ਮਸਟ ਪੁੱਟ ਫੁੱਲ ਅਟੈਂਪਟ ਔਨ ਦਿਸ ਐਂਡ ਪੰਜਾਬ ਹੈਜ਼ ਦ ਟੈਲੈਂਟ ਟੂ ਬੀ ਅਮੰਗਸਟ ਦ ਟੌਪ ਸਟੇਟਸ ਅਗੇਨ ਇਨ ਆਰ ਕੰਟਰੀ। ਠੀਕ ਹੈ ਜੀ, ਮੈਂ ਆਕਾਸ਼ ਜੀ ਚਾਹੁੰਦਾ ਕਿ ਤੁਸੀਂ ਨਾਲ ਬਣੇ ਰਹੋ, ਕਾਫੀ ਸਾਰੇ ਕਾਲਰ ਸਾਨੂੰ ਕਾਲ ਕਰ ਰਹੇ ਨੇ, ਮੈਨੂੰ ਲੱਗਦਾ ਕੋਈ ਸਵਾਲ ਉਹਨਾਂ ਦਾ ਵੀ ਤੁਹਾਡੇ ਲਈ ਹੋ ਸਕਦਾ ਤੇ ਤੁਸੀਂ ਜ਼ਰੂਰ ਉਸ ਸਵਾਲ ਦਾ ਵੀ ਜਵਾਬ ਦਿਓ। ਮੈਂ ਆਪਣੇ ਕਾਲਰਸ ਦੀ ਕਾਲ ਜ਼ਰੂਰ ਲੈਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਪਹਿਲਾਂ ਬੇਸਿਕ ਨੀਡਸ ਜਿਹੜੀਆਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ, ਰਾਈਟ,
ਠੀਕ ਹੈ, ਲੋਕ ਬੇਰੁਜ਼ਗਾਰ ਲੱਗੇ ਫਿਰਦੇ ਨੇ, ਉਹ ਨਸ਼ਿਆਂ ਚੱਲ ਜਾਂਦੇ ਨੇ, ਨਸ਼ਿਆਂ ਤੋਂ ਬਾਅਦ ਚੋਰੀਆਂ ਕਰਦੇ ਨੇ, ਚੋਰੀਆਂ ਤੋਂ ਬਾਅਦ ਫਿਰ ਫਸ ਜਾਂਦੇ ਨੇ ਵਿਚਾਰੇ, ਅਤੇ ਇਸ ਕਰਕੇ ਬੇਸਿਕ ਲੋੜਾਂ ਜੀ ਪੂਰੀਆਂ ਕਰੋ। ਹੁਣ ਜਿਹੜੀ ਮੂਰਤੀਆਂ ਤੁਸੀਂ ਦੱਸ ਦਿਓ, 3,000 ਇੱਕ 'ਤੇ ਲੱਗਿਆ, 30,000 ਯੂਪੀ 'ਚ ਲੱਗਿਆ, ਯੂਪੀ ਵਾਲੇ ਲੇਬਰ ਕਰਨੇ ਪੰਜਾਬ 'ਚ ਆਉਂਦੇ ਨੇ, ਪੈਸੇ ਤਾਂ ਉੱਥੇ ਲਾਉਣੇ ਚਾਹੀਦੇ ਨੇ ਜਿੱਥੇ ਮਤਲਬ ਆਮਦਨ ਹੋਵੇ। ਹਾਂ ਠੀਕ ਹੈ, ਉੱਥੇ ਲਾਓ ਵਾਧੂ, ਬਾਅਦ ਵਿੱਚ ਜੇ ਤੁਹਾਡੇ ਕੋਲ ਵਾਧੂ ਪੈਸਾ ਹੈ ਤਾਂ। ਪਹਿਲਾਂ ਤਾਂ ਲੋਕੀ ਭੁੱਖੇ ਮਰਨ ਡਏ ਨੇ, ਲੋਕੀ ਫੁੱਟਪਾਥ 'ਤੇ ਸੌਣ ਡਏ ਨੇ, ਅਤੇ ਭਾਵੇਂ ਸਪੇਸ 'ਤੇ ਜਾਣ ਡਏ ਨੇ, ਕਦੀ ਹੋਏ ਆਪਣੇ ਬੁਲਟ ਟ੍ਰੇਨ 'ਚ ਲਾਉਣ ਡਏ ਨੇ। ਜੀ ਜੀ, ਲੋਕਾਂ ਨੂੰ ਬੇਸਿਕ ਨੀਡਸ ਜਿਹੜੀਆਂ ਪਹਿਲਾਂ ਉਹ ਪੂਰੀਆਂ ਕਰੋ, ਐਜੂਕੇਸ਼ਨ ਵੇਖੋ, ਹੈਲਥ ਜਿਹੜੀ ਜਿਹੜੀ ਉਹ ਅਸਲਾਂ ਦਾ ਕੀ ਹਾਲ ਹੈ। ਮੈਨੂੰ ਲੱਗਦਾ ਉਹਨਾਂ ਦੇ ਕੋਲ ਸਾਡੀ ਆਵਾਜ਼ ਨਹੀਂ ਪਹੁੰਚਦੀ। ਜਿਹੜੀ ਤੁਸੀਂ ਗੱਲ ਕਹੀ ਹੈ, ਜਿਹੜੇ ਸਾਡੇ ਵੀਰ ਨੇ ਗੱਲ ਕਹੀ ਹੈ, ਉਹ ਗੱਲ ਮੈਂ ਤੁਹਾਡੀ ਮੰਨਦਾ ਹਾਂ, ਸਮਰਥਨ ਕਰਦਾ ਕਿ ਬੇਸਿਕ ਨੀਡਸ ਪੂਰੀਆਂ ਹੋਣੀਆਂ ਚਾਹੀਦੀਆਂ। ਬਟ ਵੀਰ ਜੀ, ਬੇਸਿਕ ਨੀਡਸ ਕਿਵੇਂ ਪੂਰੀਆਂ ਹੋਣਗੀਆਂ? ਬੇਸਿਕ ਨੀਡ ਵਾਸਤੇ ਵੀ ਨੀਡ ਇਨਵੈਸਟਮੈਂਟ। ਬੇਸਿਕ ਨੀਡ ਸਾਡੇ ਭਰਾਵਾਂ ਨੂੰ ਰੋਟੀ, ਕੱਪੜਾ, ਐਜੂਕੇਸ਼ਨ, ਹੈਲਥ ਦੇਣ ਵਾਸਤੇ ਵੀ ਨੀਡ ਇਨਵੈਸਟਮੈਂਟ। ਉਹ ਪੈਸਾ ਕਿੱਥੋਂ ਆਏਗਾ? ਅੱਜ ਪੂਰੇ ਕੰਟਰੀ ਦੀ ਇਕੋਨਮੀ ਗੱਲ ਕਰੋ, ਸਾਡੇ ਕੋਲ 3.3% ਦੇ ਆਸ ਪਾਸ ਡੈਫਿਸਿਟ, ਯਾਨੀ ਸਰਕਾਰੀ ਘਾਟਾ ਹੈ। ਤਾਂ ਜੇ ਇਨਵੈਸਟਮੈਂਟਸ ਆਉਣਗੀਆਂ, ਜੇ ਫੈਕਟਰੀਆਂ ਲੱਗਣਗੀਆਂ, ਉਹਦੇ ਨਾਲ ਹੀ ਜਦੋਂ ਫੈਕਟਰੀ ਸਾਡੇ ਭਰਾ ਜਾ ਕੇ ਕੰਮ ਕਰਨਗੇ, 15,000-20,000 ਤਨਖਾਹ ਲੈਣਗੇ, ਹਸਬੈਂਡ ਵਾਈਫ ਦੀ 35,000 ਸੈਲਰੀ ਆਏਗੀ, ਰੋਟੀ ਕੱਪੜਾ ਮਕਾਨ ਆਏਗਾ, ਉਹ ਤੋਂ ਬਾਅਦ ਹੈਲਥ ਐਜੂਕੇਸ਼ਨ ਆਏਗਾ। ਤਾਂ ਦਿਸ ਇਜ਼ ਦ ਵੇ ਟੂ ਫੁਲਫਿਲ ਦੋਸ ਨੀਡਸ। ਆਈ ਥਿੰਕ ਦੈਟਸ ਅ ਵੈਰੀ ਗੁੱਡ ਕੁਐਸਚਨ। ਟਾਰਗੇਟ ਇਜ਼ ਰੋਟੀ, ਰਾਈਟ ਆਕਾਸ਼ ਜੀ? ਦੈਟਸ ਅ ਵੈਰੀ ਗੁੱਡ ਕੁਐਸਚਨ। ਇੱਕ ਪਰਿਵਾਰ ਨੂੰ ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਇੰਡੀਆ ਦੇ ਵਿੱਚ ਕਿੰਨੀ ਆਮਦਨ ਚਾਹੀਦੀ ਹੈ? ਮੈਂ ਸਵਾਲ ਲਵਾਂਗਾ ਤੁਹਾਡੇ ਤੋਂ, ਲੇਕਿਨ ਮੈਂ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਲਵਾਂਗਾ ਇਸ ਸਵਾਲ ਦਾ ਜਵਾਬ। ਕਾਫੀ ਸਾਰੇ ਕਾਲਰਸ ਇਸ ਟਾਈਮ ਕਾਲ ਦੇ ਉੱਤੇ ਨੇ, ਅਤੇ ਬ੍ਰੇਕ ਤੋਂ ਬਾਅਦ ਆਪਾਂ ਜ਼ਰੂਰ ਚਾਹੁੰਦੇ ਹਾਂ ਕਿ ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਅੱਛਾ, ਮੈਂ ਦੱਸਣਾ ਮੰਗਦਾ, ਪਹਿਲਾਂ ਮੋਦੀ ਸਾਹਿਬ ਚਾਹੀਦਾ, ਪਹਿਲਾਂ ਆਤਮਾ ਫਿਰ ਪਰਮਾਤਮਾ ਜੀ। ਜੇ ਪਹਿਲਾਂ ਪੰਜਾਬ ਦਾ ਜਾਂ ਇੰਡੀਆ ਦਾ ਸੋਚੇ, ਫਿਰ ਫਾਲਤੂ ਖਰਚ ਕਰੇ। ਹੁਣ ਇਹਨਾਂ ਮੁਲਕਾਂ 'ਚ ਗੌਰਮੈਂਟ ਵੀ ਕੋਈ ਕੰਮ ਨਹੀਂ ਕਰਦੀ। ਹੁਣ ਮੈਂ ਇੱਥੇ ਡਰਾਈ ਪਰੂਫ ਲਾਇਆ ਥਾ 1975 ਵਿੱਚ, ਮੈਨੂੰ ਗੌਰਮੈਂਟ ਨੇ ਇੰਨੀ ਮਦਦ ਕੀਤੀ, ਹਰੇਕ ਨੇ। ਮੈਂ ਪੜ੍ਹਿਆ ਥੋੜ੍ਹਾ ਸਾ, ਮੈਂ ਕਿਹਾ ਫਾਰਮ ਤੁਸੀਂ ਮੈਨੂੰ ਭਰ ਦਿਓ, ਹੁਣ ਕਲਰਕਾਂ ਨੇ ਫਾਰਮ ਵੀ ਭਰ ਕੇ ਦੇਣਾ, ਸਭ ਕੁਝ ਕਰਦੇ ਰਹੇ। ਜੀ ਜੀ ਜੀ, ਇੱਥੇ ਸਹੂਲਤਾਂ ਤੁਹਾਨੂੰ ਵਧੀਆ ਮਿਲਦੀ ਹੈ। ਮੇਰੇ ਨਾਲ ਹੋਰ ਵੀ ਬੜੇ ਸਾਰੇ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਤੁਸੀਂ ਆਉਣੇ ਰਹੋ। ਅੱਛਾ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਅੱਛਾ, ਮੈਂ ਦਲਵੀਰ ਰਾਮ ਬੋਲਦਾ ਜੀ। ਜੀ 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 ਜੀ, ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਮੈਂ ਜੀ ਨਿਊਯਾਰਕ ਤੋਂ ਬੋਲਦਾ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ, ਜਿਹੜੇ ਪੰਜਾਬ ਦੇ ਵਿੱਚ ਫੈਕਟਰੀਆਂ ਲੱਗੀਆਂ ਸੀ, ਉਹ ਕਹਿੰਦੇ ਬੰਦ ਕਰਾਈਆਂ। ਮੈਂ ਜੀ ਨਿਊਯਾਰਕ ਤੋਂ ਬੋਲਦਾ, ਉਹ ਫੈਕਟਰੀਆਂ ਕਹਿਣ ਬੰਦ ਕਰਾਈਆਂ। ਜੀ 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 ਜੀ, ਆਕਾਸ਼ ਜੀ, ਵੁੱਡ ਯੂ ਲਾਈਕ ਟੂ ਟੇਕ ਦ ਲੀਡ ਔਨ ਦਿਸ? ਯਾ ਯਾ, I would like to answer both the questions. Okay. Firstly, I think it was a very nice statement in the first caller gave, that he wanted to set up some business in US and he got lot of help from the administration. Right. I think yes, it's a very positive point, and I've been telling our governments that we also must have a similar approach. ਮੈਂ ਸਾਡੇ ਵੀਰ ਜੀ ਦੀ ਜਿਹੜੇ ਪਹਿਲੇ ਕਾਲਰ ਸੀ, ਇਸ ਗੱਲ ਨੂੰ ਬਿਲਕੁਲ ਇੰਡੋਰਸ ਕਰਦਾ। ਬਾਕੀ ਜਿੱਥੋਂ ਤੱਕ ਦੂਜਾ ਉਹਨਾਂ ਦਾ ਸਵਾਲ ਹੈ, ਬੇਸਿਕ ਸਹੂਲਤਾਂ ਵਾਸਤੇ ਸਾਨੂੰ ਪੈਸਾ ਚਾਹੀਦਾ। ਜੇ ਇਨਵੈਸਟਮੈਂਟ ਆਏਗੀ, ਉਹਦੇ ਨਾਲ ਹੀ ਅਸੀਂ ਬੇਸਿਕ ਸਹੂਲਤਾਂ ਦੇ ਪਾਵਾਂਗੇ। ਦੂਜੀ ਗੱਲ ਕੀਤੀ ਗਈ ਕਿ ਕੋਈ ਫੈਕਟਰੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੇਖੋ, ਹੁਣ ਸਰਕਾਰ ਦੀ ਅਪਰੋਚ ਇੱਥੇ ਚੇਂਜ ਹੋ ਰਹੀ ਹੈ, ਪ੍ਰੋ ਗਰੋਥ ਹੋ ਰਹੀ ਹੈ, ਬਿਜ਼ਨਸਮੈਨ ਨੂੰ ਹੈਲਪ ਕਰਨ ਦੀ ਅਪਰੋਚ ਹੋ ਰਹੀ ਹੈ। ਕਿਉਂਕਿ ਸਰਕਾਰ ਸਾਡੀ, ਅੱਜ ਮੋਦੀ ਸਾਹਿਬ ਦੀ ਸਰਕਾਰ ਇੱਕ ਪੋਜ਼ਿਟਿਵ ਗਵਰਨਮੈਂਟ ਹੈ, ਉਹ ਦੇਸ਼ ਦੇ ਵਿੱਚ ਇੰਪਲੋਇਮੈਂਟ ਓਪਰਚੁਨਿਟੀਜ਼ ਦੇਣਾ ਚਾਹੁੰਦੇ, ਦੇਸ਼ ਦੇ ਵਿੱਚ ਗਰੋਥ ਦੇਣਾ ਚਾਹੁੰਦੇ ਹੈ। ਉਹੀ ਅਪਰੋਚ ਲੈ ਕੇ ਅਸੀਂ ਚੱਲ ਰਹੇ ਹਾਂ ਕਿ ਇਨਵੈਸਟਰਸ ਨੂੰ ਬੁਲਾਇਆ ਜਾਵੇ ਤੇ ਗਰੋਥ ਤੇ ਨਾਲ ਨਾਲ ਸਹੂਲਤਾਂ। ਅਕਾਸ਼ ਜੀ, ਇੱਕ ਸਿਆਸੀ ਪੰਡਤਾਂ ਵੱਲੋਂ, ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਸੀਗਾ ਚੋਣਾਂ ਤੋਂ ਪਹਿਲਾਂ ਕਿ ਜੇਕਰ ਮੋਦੀ ਸਰਕਾਰ ਆ ਗਈ ਤਾਂ ਇੰਡੀਆ ਹੋਰ ਪਿੱਛੇ ਚਲਾ ਜਾਏਗਾ। ਇਸ ਗੱਲ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖਿਓ, ਮੈਂ ਨਾ ਤਾਂ ਮੋਦੀ ਸਰਕਾਰ ਦਾ ਰਿਪ੍ਰੈਜ਼ੈਂਟੇਟਿਵ ਹਾਂ, ਨਾ ਕਿਸੇ ਪੋਲੀਟੀਕਲ ਪਾਰਟੀ ਦਾ ਰਿਪ੍ਰੈਜ਼ੈਂਟੇਟਿਵ ਹਾਂ। ਰਾਈਟ। ਬਟ ਇੱਕ ਤੁਹਾਨੂੰ ਗੱਲ ਦੱਸਾਂ, ਮੋਦੀ ਸਰਕਾਰ ਦੇ ਡਿਊਰਿੰਗ ਕੁਝ ਗਲੋਬਲੀ ਐਕਸੈਪਟਡ ਜਿਹੜੇ ਜਿਹੜੇ ਹੈ ਇਫੈਕਟਸ ਨੇ, ਜਿਹਨਾਂ ਨੇ ਜਿਹਦੇ ਪਤਾ ਲੱਗਦਾ ਕਿ ਹਿੰਦੁਸਤਾਨ ਨੇ ਬਹੁਤ ਤਰੱਕੀ ਕੀਤੀ ਹੈ। ਡਿਊਰਿੰਗ ਮੋਦੀ ਗਵਰਨਮੈਂਟ ਵੀ ਬਿਕੇਮ ਦ 6th ਲਾਰਜੈਸਟ ਇਕਨੋਮੀ ਇਨ ਦ ਵਰਲਡ। ਡਿਊਰਿੰਗ ਮੋਦੀ ਗਵਰਨਮੈਂਟ
our GDP growth for the major most period was fastest amongst the leading nations. Modi government did during the ease of doing business. Jide under US ya Europe de log jinu dekh ke investment karde ode sada rank 77th rank te gaya. Te Modi government de during sadiyan kafi achievements ne. But having said that, there's lot more which need to be done. Asi kuch achievements apni kiti hai, but kai hale vi sadiyan cheezan jehdiyan asi karniyan hai. Hindustan nu tarakki karn waste ਤੇ ਸਾਡੇ ਭੈਣ ਭਰਾਵਾਂ ਨੂੰ ਸਾਰਾ ਕੁਝ ਦੇਣ ਵਾਸਤੇ ਵੀ ਨੀਡ ਟੂ ਡੂ ਲੋਟ ਮੋਰ ਬਟ ਅ ਬਿਗਨਿੰਗ ਹੈਜ਼ ਬੀਨ ਇਨੀਸ਼ੀਏਟਿਡ ਬਾਈ ਦ ਮੋਦੀ ਗਵਰਨਮੈਂਟ ਦ ਰਿਫਾਰਮ ਚਲੋ ਲੈਟਸ ਸੀ ਵਟ ਵਟ ਕਾਲਰਸ ਹੈਵ ਟੂ ਸੇ ਆਕਾਸ਼ ਜੀ ਲੈਟਸ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਆਪਣੀ ਗੱਲ ਰੱਖ ਸਕਦੇ ਹੋ ਹੈਲੋ 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 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਆਪਣੀ ਗੱਲ ਰੱਖ ਸਕਦੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਹੈਲੋ ਹੈਲੋ ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਲਿਆ ਕਰੋ ਜਾਂ ਤੁਸੀਂ ਆਪਣੇ ਸਵਾਲ ਲੈਣੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਆਲੂਵਾਲੀਆ ਜੀ ਮੈਂ ਰਾਜਕੁਮਾਰ ਬੋਲ ਰਿਹਾ ਸਤਿ ਸ਼੍ਰੀ ਅਕਾਲ ਰਾਜਕੁਮਾਰ ਸਾਹਿਬ ਠੀਕ ਹੋ ਬਿਲਕੁਲ ਠੀਕ ਜੀ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਜਾਬੀ NRI ਦੇ ਨਾ ਉਹਨਾਂ ਦਾ ਭਰੋਸਾ ਤਾਂ ਮੋਦੀ ਸਾਹਿਬ ਗਵਾ ਚੁੱਕੇ ਨੇ ਕਿਵੇਂ ਉਹ ਇਸ ਤਰ੍ਹਾਂ ਕਿ ਪੰਜਾਬ ਦੇ ਕਿਸਾਨ ਮੋਦੀ ਸਾਹਿਬ ਉਜਾੜਨ ਵਾਲੇ ਆਪ ਗੁਜਰਾਤ ਵਿੱਚੋਂ ਪੰਜਾਬੀ ਭਰੋਸਾ ਕਿੰਨਾ ਕਰਦੇ ਕਿੰਨੇ ਪਰਿਵਾਰ ਉਜਾੜੇ ਉੱਥੋਂ ਕਿੰਨੇ ਕੁ ਲੋਕੀ ਇਤਬਾਰ ਕਰਨ ਅੱਜ ਗੋਬਿੰਦਗੜ੍ਹ ਦੀ ਮੰਡੀ ਦੀ ਏਡੀ ਵੱਡੀ ਇੰਡਸਟਰੀ ਸੀ ਉਹ ਕਿੱਥੇ ਗਈ ਲੁਧਿਆਣੇ ਵਿੱਚ ਕਿੱਡੀ ਵੱਡੀ ਸਾਈਕਲ ਇੰਡਸਟਰੀ ਸੀ ਕਿੱਥੇ ਗਈ ਉਹ ਮੋਦੀ ਸਾਹਿਬ ਕਿਤੇ ਰੋਕ ਸਕੇ ਕੁਛ ਵੀ ਕੀਤਾ ਉਹਨਾਂ ਨੇ ਦੇਖੋ ਸਾਡੇ ਵੀਰ ਜੀ ਨੇ ਦੋ ਗੱਲਾਂ ਚੱਕੀਆਂ ਇੱਕ ਤਾਂ ਗੋਬਿੰਦਗੜ੍ਹ ਦੀ ਇੱਕ ਲੁਧਿਆਣੇ ਦੀ ਰਾਈਟ ਠੀਕ ਹੈ ਨਾ ਗੋਬਿੰਦਗੜ੍ਹ ਦੀ ਜਿਹੜੀ ਇੰਡਸਟਰੀ ਹੈ ਅੱਜ ਤੋਂ 20 ਸਾਲ ਪਹਿਲਾਂ ਇਟ ਵਾਜ਼ ਡਿਵੈਲਪਿੰਗ ਲਾਈਕ ਐਨੀਥਿੰਗ ਲੇਕਿਨ ਉਹਦਾ ਡਿਕਲਾਈਨ ਅੱਜ ਤੋਂ ਕਰੀਬ 15 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀਗਾ ਤਾਂ ਉਸ ਟਾਈਮ ਮੋਦੀ ਸਾਹਿਬ ਵਾਜ਼ ਨੋਟ ਇਨ ਪਾਵਰ ਰਾਦਰ ਮੈਂ ਕਿਸੇ ਵੀ ਇੱਕ ਪਰਟੀਕੂਲਰ ਪੋਲੀਟੀਸ਼ੀਅਨ ਨੂੰ ਉਹਦੇ ਵਾਸਤੇ ਬਲੇਮ ਨਹੀਂ ਕਰਾਂਗਾ ਲੁਧਿਆਣੇ ਦੀ ਇੰਡਸਟਰੀ ਦੀ ਤੁਸੀਂ ਬੜੀ ਰੈਲੀਵੈਂਟ ਗੱਲ ਚੱਕੀ ਹੈ ਲੁਧਿਆਣੇ ਨੂੰ ਜੇ ਅਸੀਂ ਪ੍ਰੋਪਰਲੀ ਲੈ ਕੇ ਚੱਲੀਏ ਤਾਂ ਲੁਧਿਆਣਾ ਕੈਨ ਬੀ ਦਾ ਪਾਵਰ ਹਾਊਸ ਆਫ ਦਾ ਇੰਟਾਇਰ ਕੰਟਰੀ ਇੰਨਾ ਜ਼ਿਆਦਾ ਦਮ ਹੈ ਤੇ ਅਸੀਂ ਬਿਜ਼ਨਸਮੈਨ ਨੂੰ ਉਹ ਸਾਰੀਆਂ ਫੈਸਿਲਿਟੀਜ਼ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ ਡਿਊਟੀ ਹੈ ਕਿ ਮਿਲ ਕੇ ਦਿੱਤੀਆਂ ਜਾਣ ਕਿ ਲੁਧਿਆਣੇ ਨੂੰ ਅਸੀਂ ਉਸ ਤਰੀਕੇ ਦੀ ਮਾਰਕੀਟ ਬਣਾ ਚਾਹੀਏ ਚਾਹੇ ਸਾਈਕਲ ਪਾਰਟਸ ਦੀ ਹੋਵੇ ਚਾਹੇ ਬਾਈਕਸ ਦੀ ਹੋਵੇ ਉਹਨੂੰ ਇਹੋ ਜਿਹਾ ਐਟਮੋਸਫੇਅਰ ਦੇਣਾ ਤੇ ਲੁਧਿਆਣੇ 'ਚ ਅਸੀਂ FDI ਵੀ ਲਿਆ ਸਕਦੇ ਹਾਂ ਲੁਧਿਆਣਾ ਕੈਨ ਬੀ ਅ ਪਾਵਰ ਹਾਊਸ ਆਫ ਪੰਜਾਬ ਨਾਟ ਓਨਲੀ ਆਫ ਪੰਜਾਬ ਬਟ ਇੰਟਾਇਰ ਕੰਟਰੀ ਕਿਉਂਕਿ ਲੋਕੇਸ਼ਨ ਬਹੁਤ ਚੰਗੀ ਹੈ ਲੋਕ ਬਹੁਤ ਟੈਲੈਂਟਡ ਨੇ ਉੱਥੇ ਬਿਜ਼ਨਸ ਦਾ ਇੱਕ ਕਲਚਰ ਹੈ ਤਾਂ ਉੱਥੋਂ ਦੀ ਇੰਡਸਟਰੀ ਜਿਹੜੀ ਹੈ ਉਹ ਉਸ ਕਲਚਰ ਨੂੰ ਸਪੋਰਟ ਕਰਦੀ ਹੈ ਉੱਥੇ ਲੋਕ ਬੜੇ ਪ੍ਰੋਐਕਟਿਵ ਨੇ ਆਈ ਥਿੰਕ ਆਈ ਟੋਟਲੀ ਸਪੋਰਟ ਮਾਈ ਫਰੈਂਡ ਹੂ ਹੈਜ਼ ਕਾਲਡ ਅਸ ਕਿ ਲੁਧਿਆਣੇ ਦੇ ਉੱਪਰ ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਨੂੰ ਪੂਰਾ ਫੋਕਸ ਰੱਖਣਾ ਚਾਹੀਦਾ ਹੈ ਐਂਡ ਲੁਧਿਆਣਾ ਕੈਨ ਬੀ ਅਨਦਰ ਮਿੰਨੀ ਬੰਬੇ ਐਸ ਫਾਰ ਐਸ ਇੰਡਸਟਰੀ ਐਂਡ ਗਰੋਥ ਇਜ਼ ਕਨਸਰਨਡ ਆਈ ਐਮ ਵੈਰੀ ਆਪਟੀਮਿਸਟਿਕ ਅਬਾਊਟ ਲੁਧਿਆਣਾ ਐਂਡ ਇਟਸ ਕਮਿਊਨਿਟੀਜ਼ ਮੇਰੇ ਨਾਲ ਹੋਰ ਵੀ ਬੜੇ ਸਾਰੇ ਕਾਲਰਸ ਨੇ ਆਕਾਸ਼ ਜੀ ਉਹਨਾਂ ਦੇ ਵੀ ਸਵਾਲ ਆਪਾਂ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਰਮਜੀਤ ਬੋਲ ਰਿਹਾ ਜੀ ਫਰੀਦਕੋਟ ਤੋਂ ਜੀ ਨਿਰਮਲਜੀਤ ਜੀ ਕੀ ਹਾਲ ਹੈ ਠੀਕ ਹੋ ਹਾਂ ਜੀ ਬਿਲਕੁਲ ਠੀਕ ਠਾਕ ਆ ਜੀ ਕੀ ਸਵਾਲ ਤੁਹਾਡਾ ਸਵਾਲ ਇਹ ਹੈ ਜੀ ਪੰਜਾਬ ਦੇ ਬਾਰੇ ਚ ਇੰਡੀਆ ਦੇ ਬਾਰੇ ਚ ਆਪਾਂ ਗੱਲ ਕਰ ਰਹੇ ਹਾਂ ਰਾਈਟ ਫਸਟ ਆਫ ਆਲ ਪਹਿਲਾਂ ਤਾਂ ਸੇਫਟੀ ਹੈ ਜਦੋਂ ਬੰਦਾ ਉਧਰ ਨੂੰ ਤੁਰਦਾ ਉਹਦੀ ਸੇਫਟੀ ਜ਼ਰੂਰੀ ਹੈ ਇਨਵੈਸਟਮੈਂਟ ਤਾਂ ਉਦੋਂ ਬਾਅਦ ਚ ਆਉਂਦੀ ਹੈ ਠੀਕ ਹੈ ਜੀ ਜੇ ਤੁਹਾਡੀ ਸੇਫਟੀ ਨਹੀਂ ਤਾਂ ਇਨਵੈਸਟਮੈਂਟ ਕਾਹਦੀ ਹੈ ਜੀ ਜੀ
ਨੰਬਰ 2 ਤੇ ਆ ਜਾਓ ਉੱਥੋਂ ਦੀ ਕੰਡੀਸ਼ਨ। ਜਦੋਂ ਤੁਸੀਂ ਉੱਥੇ ਕਾਲ ਬੈਕ ਕਰਦੇ ਆ, ਜੇ ਉਹਨਾਂ ਨੂੰ ਕੋਈ ਕੰਟਰੀ ਚੱਲਦਾ ਹੋਵੇ ਤਾਂ ਸਾਰਾ ਇੰਡੀਆ ਮੂਵ ਹੋ ਜਾਏ, ਗਰੰਟੀ ਗਿਵ ਯੂ ਜੀ। ਉੱਥੋਂ ਨਿਕਲਣ ਨੂੰ ਤਿਆਰ ਹੈ, ਇਸ ਵੇਲੇ ਉਹਨਾਂ ਨੂੰ ਸਾਹ ਲੈਣਾ ਔਖਾ ਹੋਇਆ ਹੈ। ਜ਼ਿਮੀਂਦਾਰਾ ਟੋਟਲੀ ਖਤਮ ਹੋ ਚੁੱਕਾ, ਜਿਹੜੇ ਤੁਹਾਨੂੰ ਬੰਦੇ ਫਿਰਦੇ ਦੀਂਦੇ ਆ ਵੀ ਇਹ ਬੰਦੇ ਫਿਰ ਰਹੇ ਹੈਗੇ ਆ, ਪਰ ਉਹਨਾਂ ਦੇ ਵਿੱਚੋਂ ਜਿਹੜੇ ਇਕਨੋਮਿਕਲੀ ਉਹ ਟੋਟਲੀ ਨਿਲ ਹੈ। ਜਿਹੜਾ ਕੋਈ ਪੈਸੇ ਵੇਚ ਕੇ, ਜ਼ਮੀਨ ਵੇਚ ਕੇ, ਕੁਛ ਕਰਕੇ ਉਹ ਆਪਦਾ ਕਰਜ਼ਾ ਲਾ ਰਿਹਾ ਤੇ ਦਿਨ ਟਪਾ ਰਿਹਾ, ਤੇ ਜਿਹੜੀ ਬਾਹਰਲੀ ਐਨਆਰਆਈ ਫੈਮਿਲੀ ਸੀਗੀਆਂ ਚਲੋ ਉਹ ਤੋਂ ਬਾਹਰੋਂ ਸਪੋਰਟ ਕਰਦੇ ਸੀ, ਉਹ ਬੰਦੇ ਆਪਦਾ ਗੁਜ਼ਾਰਾ ਕਰੀ ਜਾਂਦੇ ਆ, ਪਰ ਜਿਹੜਾ ਆਮ ਨੋਰਮਲ ਬੰਦਾ ਉਹਦੇ ਵਾਸਤੇ ਬਹੁਤ ਔਖਾ ਹੈ। ਆਕਾਸ਼ ਜੀ, ਆਈ ਥਿੰਕ ਮੈਨੂੰ ਇੱਕ ਸਵਾਲ ਇੱਥੇ ਜ਼ਰੂਰ ਬਣਦਾ ਕਿ ਤੁਸੀਂ ਮੈਨੂੰ ਇੰਡੀਆ ਨਹੀਂ ਪੰਜਾਬ ਦਾ ਦੱਸੋ ਕਿ ਹਾਲ ਫਿਲਹਾਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਰਿਵਾਰ ਨੂੰ ਜੀਣ ਦੇ ਲਈ ਕਿੰਨੀ ਆਮਦਨ ਦੀ ਲੋੜ ਹੈ। ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਜ਼ਰੂਰ ਕਹਾਂਗਾ ਕਿ ਤੁਸੀਂ ਸਾਨੂੰ ਦਵੋ, ਲੇਕਿਨ ਫਿਲਹਾਲ ਮੈਨੂੰ ਇੱਥੇ ਇੱਕ ਕਮਰਸ਼ੀਅਲ ਬ੍ਰੇਕ ਲਈ ਰੁਕਣਾ ਪੈ ਰਿਹਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੇਰੇ ਨਾਲ ਜੁੜੇ ਹੋਏ ਹਨ ਇਕਨੋਮਿਸਟ ਆਕਾਸ਼ ਜਿੰਦਲ। ਆਕਾਸ਼ ਜੀ, ਸਮਰਾਈਜ਼ ਕਰਨਾ ਚਾਹੋਗੇ ਅੱਜ ਦੇ ਇਸ ਪੂਰੇ ਮੁੱਦੇ ਦੇ ਉੱਤੇ ਜੋ ਕਿ ਅਸੀਂ ਸਵਾਲ ਤੁਹਾਨੂੰ ਪੁੱਛੇ? ਜੀ, ਪਹਿਲੀ ਗੱਲ ਜਿਹੜਾ ਹੈ, ਆਈ ਇੰਜੋਇਡ ਦਿਸ ਸ਼ੋਅ, ਤੁਸੀਂ ਬਹੁਤ ਵਧੀਆ ਕੰਪ੍ਰੀਹੈਂਸਿਵ ਕੁਐਸਚਨ ਪੁੱਛੇ ਇੰਡੀਆ ਦੀ ਇਕਨੋਮੀ ਤੇ ਪੰਜਾਬ ਦੀ ਇਕਨੋਮੀ ਤੇ। ਸਮਰਾਈਜ਼ ਇਸੇ ਤਰੀਕੇ ਨਾਲ ਕਰਾਂਗਾ, ਇੰਡੀਆ ਦੀ ਇਕਨੋਮੀ ਗਰੋ ਕਰ ਰਹੀ ਹੈ, ਅਸੀਂ ਵਰਲਡ ਦੇ ਵਿੱਚ ਵੱਡੇ ਕੰਮ ਵੀ ਕਰਨੇ ਨੇ, ਸੋ ਦੈਟ ਵੀ ਕੈਨ ਕਮਿਊਨੀਕੇਟ ਟੂ ਦਾ ਗਲੋਬ ਦੈਟ ਯੈਸ ਇੰਡੀਆ ਇਜ਼ ਹੇਅਰ। ਨਾਲ ਹੀ ਨਾਲ ਜਿਹੜਾ ਤੁਹਾਡਾ ਅੱਜ ਦਾ ਮੁੱਦਾ ਸੀ, ਅਸੀਂ ਆਪਣੇ ਭੈਣ ਭਰਾਵਾਂ ਨੂੰ ਬੇਸਿਕ ਫੈਸਿਲਿਟੀਜ਼ ਵੀ ਦੇਣੀ ਹੈ, ਪਲੱਸ ਸਾਡੇ ਜਿਹੜੇ ਐਨਆਰਆਈ ਭਰਾਵਾਂ ਦੇ ਸਵਾਲ ਹੈ ਉਹ ਮੈਨੂੰ ਬਹੁਤ ਵਧੀਆ ਲੱਗੇ। ਆਈ ਸਲਿਊਟ ਆਲ ਦਾ ਕਾਲਜ, ਮੈਨੂੰ ਸਭ ਤੋਂ ਚੰਗੀ ਚੀਜ਼ ਲੱਗੀ ਸਾਡੇ ਐਨਆਰਆਈ ਭਰਾ US ਕੈਨੇਡਾ ਦੇ ਵਿੱਚ ਜਾ ਕੇ ਵੀ ਆਪਣੇ ਸੂਬੇ ਨਾਲ ਇੰਨਾ ਪਿਆਰ ਕਰਦੇ ਨੇ, ਦੇ ਆਰ ਫੀਲਿੰਗ ਕੰਸਰਨ, ਐਂਡ ਆਈ ਵਾਂਟ ਟੂ ਟੈਲ ਆਲ ਮਾਈ ਐਨਆਰਆਈ ਬ੍ਰਦਰਸ ਹੂ ਆਰ ਇਨ US ਐਂਡ ਕੈਨੇਡਾ ਦੈਟ ਵੀ ਸਲਿਊਟ ਯੂ। ਤੁਸੀਂ ਇੱਥੇ ਆ ਕੇ ਆਪਣੀ ਪਹਿਚਾਣ ਬਣਾਈਏ, ਨਾਮ ਬਣਾਈਏ, ਸਾਡਾ ਸੂਬਾ ਅਤੇ ਸਾਡਾ ਦੇਸ਼ ਜਿਹੜਾ ਹੈ ਤੁਹਾਨੂੰ ਸਲਿਊਟ ਕਰਦਾ ਹੈ। ਆਈ ਇੰਜੋਇਡ ਦਿਸ ਸ਼ੋਅ, ਵੀ ਆਰ ਗਰੋਇੰਗ, ਆਰ ਬਜਟ ਇਜ਼ ਗੋਇੰਗ ਟੂ ਬੀ ਅ ਗੁੱਡ ਗਰੋਥ ਓਰੀਐਂਟਡ ਬਜਟ, ਐਂਡ ਲੈਟ ਮੀ ਇਨਫੋਰਮ ਆਲ ਮਾਈ ਐਨਆਰਆਈ ਬ੍ਰਦਰਸ ਵਿਦ ਲੋਟ ਆਫ ਅਫੈਕਸ਼ਨ ਐਂਡ ਲੋਟ ਆਫ ਵਾਰਮ, 2-3 ਈਅਰਸ ਮੋਰ ਨਾਓ ਯੂ ਵਿਲ ਟਾਕ ਅਬਾਊਟ ਅ ਡਿਫਰੈਂਟ ਕੰਟਰੀ, ਯੂ ਵਿਲ ਟਾਕ ਅਬਾਊਟ ਅ ਡਿਫਰੈਂਟ ਹੋਮਲੈਂਡ, ਇੰਡੀਆ ਇਜ਼ ਗਰੋਇੰਗ ਫੋਰ ਸ਼ੋਰ। ਮੋਦੀ ਸਰਕਾਰ ਨੇ ਤਜਵੀਜ਼ ਰੱਖੀ ਹੈ, ਇਹ ਜ਼ਰੂਰੀ ਹੈ। ਦੇਖੋ, ਅਸੀਂ ਦੁਨੀਆ ਨੂੰ ਆਪਣੀ ਗਰੋਥ ਵੀ ਦਿਖਾਉਣੀ ਹੈ, ਦੁਨੀਆ ਨੂੰ ਸਾਡੀ ਸਾਇੰਟਿਫਿਕ ਟੈਕਨੋਲੋਜੀ ਵੀ ਦਿਖਾਉਣੀ ਹੈ, ਅਸੀਂ ਗਰੋਥ ਵੀ ਦਿਖਾਉਣੀ ਹੈ, ਵੈਲਫੇਅਰ ਵੀ ਦਿਖਾਉਣੀ ਹੈ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਬੈਲੈਂਸ ਚੀਜ਼ ਅਪਲਾਈ ਕਰਨੀ ਹੈ, ਅਸੀਂ ਗਰੋਥ ਵੀ ਦਿਖਾਉਣੀ ਹੈ। ਜਦੋਂ ਅਸੀਂ ਅਮਰੀਕਾ ਤੇ ਚਾਈਨਾ ਨਾਲ ਕੰਪੀਟ ਕਰਦੇ ਹਾਂ, ਅਸੀਂ ਆਪਣੀ ਟੈਕਨੋਲੋਜੀਕਲ ਕੰਪੀਟੈਂਸ ਕਿਉਂ ਨਾ ਦਿਖਾਈਏ, ਵੀ ਆਰ ਕੰਪੀਟਿੰਗ ਵਿਦ ਦੈਮ। ਨਾਲ ਹੀ ਨਾਲ ਜਿਹੜੇ ਸਾਡੇ ਭਰਾਵਾਂ ਨੇ ਗੱਲ ਰੱਖੀ, ਸਾਡੇ ਭੈਣ ਭਰਾਵਾਂ ਨੂੰ ਅਸੀਂ ਫੈਸਿਲਿਟੀ ਵੀ ਦੇਣੀ ਹੈ, ਤਾਂ ਅਸੀਂ ਦੋਨਾਂ ਚੀਜ਼ਾਂ ਦੇ ਉੱਪਰ ਫੋਕਸ ਰੱਖਣਾ ਹੈ, ਐਂਡ ਗੋਇੰਗ ਅਹੈਡ ਬੋਥ ਵੁੱਡ ਮਰਜ। ਲੈਟ ਮੀ ਟੈਲ ਯੂ ਕਿ ਸਾਡੀ ਗਰੋਥ ਨੂੰ ਵੀ ਦੁਨੀਆ ਪਹਿਚਾਣੇਗੀ, ਸਲਾਮ ਕਰੇਗੀ, ਪਲੱਸ ਸਾਡੇ ਭੈਣ ਭਰਾਵਾਂ ਕੋਲ ਸਾਰੀਆਂ ਬੇਸਿਕ ਇਮਿਊਨਿਟੀਜ਼ ਹੋਣਗੀਆਂ, ਐਂਡ ਆਰ ਐਨਆਰਆਈ ਬ੍ਰਦਰਸ ਬਾਈ ਸੈਂਡਿੰਗ ਰੈਮਿਟੈਂਸਿਸ ਟੂ ਦੇਅਰ ਫੈਮਿਲੀਜ਼ ਹੈਵ ਕੰਟਰੀਬਿਊਟਿਡ ਲੋਟ ਟੂ ਦੇਅਰ ਓਨ ਸਟੇਟ ਪੰਜਾਬ, ਸਾਡੇ ਸੂਬੇ ਪੰਜਾਬ ਵਾਸਤੇ ਤੇ ਕੰਟਰੀ ਵਾਸਤੇ। ਅਲਟੀਮੇਟਲੀ ਸਮਰਾਈਜ਼ਿੰਗ, ਆਈ ਅਗੇਨ ਸੈਲਿਊਟ ਐਂਡ ਥੈਂਕ ਆਲ ਮਾਈ ਐਨਆਰਆਈ ਬ੍ਰਦਰਸ। ਇੰਡੀਵਿਜੂਅਲ ਨੂੰ ਆਕਾਸ਼ ਜੀ, ਕਿੰਨੀ ਸੈਲਰੀ ਦੀ ਲੋੜ ਹੈ ਪੰਜਾਬ ਦੇ ਵਿੱਚ? ਮੈਂ ਗੱਲ ਕਰਾਂ, ਮੈਂ ਹੋਰ ਸੂਬਿਆਂ ਦੀ ਨਾ ਗੱਲ ਕਰਾਂ, ਇੱਕ ਇੰਡੀਵਿਜੂਅਲ ਨੂੰ ਕਿੰਨੀ ਸੈਲਰੀ ਦੀ ਲੋੜ ਹੈ ਆਪਣਾ ਗੁਜ਼ਾਰਾ ਕਰਨ ਦੇ ਲਈ? ਆਈ ਥਿੰਕ ਫੋਰ ਅ ਡੀਸੈਂਟ ਲਿਵਿੰਗ ਅੱਜ ਦੇ ਹਿਸਾਬ ਨਾਲ I think your voice is not audible to me. ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਮੇਰੇ ਕੋਲ। We want to live with a lifestyle ਜਿਹੜਾ ਹੈ, we want to eat properly, we want to stay properly. ਸਾਡਾ ਪੰਜਾਬ ਦਾ ਇੱਕ ਕਲਚਰ ਹੈ, ਅਸੀਂ ਉਹ ਕਲਚਰ ਦੇ ਨਾਲ ਹੀ ਅਸੀਂ ਚੱਲ ਸਕਦੇ ਹਾਂ, ਐਂਡ ਵੀ ਪੰਜਾਬੀ ਆਰ ਨੋਨ ਫੋਰ ਆਰ ਲਾਈਫ ਸਟਾਈਲ ਐਂਡ ਕਲਚਰ, ਨੋਟ ਓਨਲੀ ਇਨ ਦ ਕੰਟਰੀ, ਥਰੂ ਆਊਟ ਦ ਵਰਲਡ, ਐਂਡ ਵੀ ਹੈਵ ਟੂ ਮੇਨਟੇਨ ਐਂਡ ਰਿਸਪੈਕਟ ਦੈਟ। ਆਕਾਸ਼ ਜੀ, ਉਹ ਫਿਗਰ ਰਹਿ ਗਈ, ਫਿਗਰ ਤੁਹਾਡੀ ਸੁਣ ਨਹੀਂ ਪਾਇਆ ਸੀ ਕਿਉਂਕਿ ਤੁਹਾਡੀ ਨੈਟਵਰਕ ਚਲਾ ਗਿਆ ਸੀਗਾ। ਆਈ ਥਿੰਕ ਇਟਸ ਅਗੇਨ ਵੀ ਕਾਂਟ ਹੀਅਰ ਯੂ, ਬਟ ਡੈਫੀਨੇਟਲੀ ਥੈਂਕ ਯੂ ਵੈਰੀ ਮੱਚ ਆਕਾਸ਼ ਜੀ, ਤੁਸੀਂ ਆਪਣੀ ਗੱਲ ਸਾਨੂੰ ਰੱਖੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਐਂਡ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਹਰ ਉਸ ਗੱਲ ਦਾ ਜਵਾਬ ਵੀ ਦਿੱਤਾ। ਮੈਂ ਆਪਣੇ ਦਰਸ਼ਕਾਂ ਨੂੰ ਵੀ ਦਰਖਾਸਤ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਵੀ ਮੈਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਸੀਗੇ, ਮੈਂ ਤੁਹਾਡਾ ਫੋਨ ਨਹੀਂ ਚੱਕ ਸਕਿਆ, ਤਾਂ ਮੈਂ ਤੁਹਾਡੇ ਤੋਂ ਮਾਫੀ ਜ਼ਰੂਰ ਚਾਹੁੰਦਾ, ਬਟ ਯੂ ਕੈਨ ਮੇਲ ਮੀ, ਤੁਸੀਂ ਮੈਨੂੰ ਲਿਖ ਸਕਦੇ ਹੋ info@justbroadcasting.com, ਹਰਕੀਰਤ@justbroadcasting.com ਦੇ ਉੱਤੇ।
ਮਿਲਾਂਗੇ ਕੱਲ ਇਸੀ ਸਮੇਂ ਇਸੀ ਮੰਚ ਦੇ ਉੱਤੇ, ਔਰ ਰੱਖਾਂਗੇ ਕੋਈ ਨਵੇਂ ਵਿਚਾਰ ਲੈ ਕੇ ਆਵਾਂਗੇ, ਇੱਕ ਨਵਾਂ ਮਸਲਾ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ਼੍ਰੀ ਅਕਾਲ।